ਆਪ ਸਾਰਿਆਂ ਨੂੰ ਪਿਆਰ ਭਰੀ ਜੈ ਮਸੀਹ ਦੀ ਓਲ ਨੇਸ਼ਨ ਚਰਚ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਸਾਨੂੰ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਆਇਆਂ ਦਾ ਸਵਾਗਤ ਕਰਦੇ ਹਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹਾਂ ਪਰਮੇਸ਼ਰ ਤੁਹਾਨੂੰ ਅੱਜ ਬਹੁਤ ਵੱਡੀਆਂ ਵੱਡੀਆਂ ਬਰਕਤਾਂ ਦੇਣੇ ਜਾ ਰਿਹਾ ਆ ਕਿਉਂਕਿ ਆਪਣਾ ਪਰਮੇਸ਼ਰ ਜਿਹੜਾ ਬਰਕਤਾਂ ਦਾ ਭੰਡਾਰ ਆ ਉਹ ਬਹੁਤ ਕਿਰਪਾਲੂ ਆ ਦਿਆਲੂ ਆ ਦਇਆਵਾਨ ਆ ਤਰਸਵਾਨ ਆ ਸੋ ਆਪਾਂ ਨੂੰ ਹਮੇਸ਼ਾ ਹੀ ਉਹ ਪਿਆਰ ਕਰਨ ਵਾਲਾ ਪਰਮੇਸ਼ਰ ਆ ਸੋ ਤੁਸੀਂ ਹੁਣ ਜਦੋਂ ਘਰਾਂ ਦੇ ਵਿੱਚ ਬੈਠ ਕੇ ਪਰਮੇਸ਼ਰ ਦੀ ਪ੍ਰਭੂ ਯੇਸੂ ਰਾਜਾ ਦੀ ਤਾਰੀਫ ਅਤੇ ਵਡਿਆਈ ਦੇ ਗੁਣ ਗਾਉਣੇ ਆ ਅਤੇ ਪਰਮੇਸ਼ਰ ਨੇ ਖੁਸ਼ ਹੋ ਕੇ ਤੁਹਾਨੂੰ ਬਰਕਤਾਂ ਦੇ ਨਾਲ ਮਾਲੋ ਮਾਲ ਕਰ ਦੇਣਾ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਆ ਜਿਹੜੇ ਭੈਣ ਭਰਾ ਬਿਮਾਰੀਆਂ ਨਾਲ ਜਕੜੇ ਆ ਉਹ ਅੱਜ ਆਜ਼ਾਦ ਕਰ ਦੇਣੇ ਪ੍ਰਭੂ ਯੇਸੂ ਰਾਜਾ ਨੇ ਔਰ ਜਿਹਨਾਂ ਨੂੰ ਦੁਸ਼ਟ ਆਤਮਾ ਚੁੰਬੜਿਆ ਆ ਜਾਂ ਜਕੜੋ ਆ ਉਹ ਅੱਜ ਸ਼ੈਤਾਨ ਦੇ ਹੱਥਾਂ 'ਚੋਂ ਆਜ਼ਾਦ ਕਰ ਦੇਣੇ ਪ੍ਰਭੂ ਯੇਸੂ ਮਸੀਹ ਨੇ ਅੱਜ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀਆਂ ਵੱਡੀਆਂ ਸ਼ਿਫਾ ਮਿਲਣਗੀਆਂ ਜਦੋਂ ਇਹ ਪ੍ਰੋਗਰਾਮ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਬੜੇ ਧਿਆਨ ਦੇ ਨਾਲ ਦੇਖਣਾ ਆ ਕਿਉਂਕਿ ਅਖੀਰ ਦੇ ਉੱਤੇ ਪਾਸਟਰ ਜੀ ਨੇ ਤੁਹਾਡੇ ਸਾਰਿਆਂ ਲਈ ਪ੍ਰੇਆਂ ਕਰਨੀਆਂ ਆ ਤਾਂ ਤੁਸੀਂ ਵਿਸ਼ਵਾਸ ਕਰਨਾ ਜੋ ਪ੍ਰੇ ਕੀਤੀ ਗਈ ਆ ਉਹ ਤੁਹਾਡੇ ਲਈ ਹੋ ਗਈ ਆ ਕਿਉਂਕਿ ਪ੍ਰਭੂ ਦੇ ਵਚਨ ਵਿੱਚ ਲਿਖਿਆ ਵਿਸ਼ਵਾਸ ਕਰਨ ਵਾਲਿਆਂ ਲਈ ਸਭੋ ਕੁਝ ਹੋ ਜਾਂਦਾ ਸੋ ਜੇਕਰ ਤੁਸੀਂ ਵਿਸ਼ਵਾਸ ਕਰੋਗੇ ਤਾਂ ਸਭ ਕੁਝ ਹੋ ਜਾਣਾ ਤੁਹਾਨੂੰ ਕੁਛ ਜ਼ਿਆਦਾ ਕਰਨ ਦੀ ਲੋੜ ਨਹੀਂ ਜਦੋਂ ਤੁਹਾਡੇ ਲਈ ਪ੍ਰੇਆਂ ਕਰਨੀਆਂ ਜਿਹੜੀ ਪ੍ਰੇ ਤੁਹਾਡੇ ਤੁਹਾਨੂੰ ਪਤਾ ਹੈ ਸਾਡੇ ਸੰਬੰਧ ਨਾਲ ਕਰਦੀ ਆ ਸਰੀਰ ਦੇ ਨਾਲ ਸੰਬੰਧ ਰੱਖਦੀ ਆ ਜਾਂ ਤੁਹਾਡੇ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਤੁਸੀਂ ਇਹ ਕਹਿਣਾ ਇਹ ਮੇਰੇ ਲਈ ਅਰਦਾਸ ਕੀਤੀ ਗਈ ਆ ਉਹ ਅਰਦਾਸ ਫਿਰ ਤੁਹਾਡੇ ਲਈ ਪੂਰੀ ਹੋ ਜਾਣੀ ਆ ਅਤੇ ਸੁਣੀ ਜਾਣੀ ਆ ਸੋ ਆਓ ਰਲ ਕੇ ਆਪਾਂ ਹੁਣ ਪ੍ਰਭੂ ਦੀ ਤਾਰੀਫ ਅਤੇ ਵਡਿਆਈ ਕਰੀਏ ਇੱਕ ਮਨ ਇੱਕ ਚਿੱਤ ਹੋਈਏ ਦੁਨਿਆਵੀ ਸੋਚਾਂ ਖਿਆਲਾਂ ਤੋਂ ਫਰੀ ਹੋਈਏ ਆਜ਼ਾਦ ਹੋਈਏ ਜੇਕਰ ਆਪਾਂ ਘਰਾਂ ਦੇ ਵਿੱਚ ਬੈਠ ਕੇ ਆਪਣੇ ਖਿਆਲ ਜਿਹੜੇ ਕੰਮਾਂ ਕਾਰਾਂ 'ਤੇ ਲੱਗੇ ਰਹੇ ਨਿਆਣਿਆਂ ਨੂੰ ਚੁੱਪ ਕਰਾਉਣ 'ਤੇ ਲੱਗੇ ਰਹੇ ਤਾਂ ਇਹ ਪ੍ਰੋਗਰਾਮ ਜਿਹੜਾ ਐਵੇਂ ਹੀ ਲੰਘ ਜਾਣਾ ਤੁਹਾਡੇ ਕਿਸੇ ਕੰਮ ਨਹੀਂ ਆਉਣਾ ਸੋ ਸਾਰਾ ਹੀ ਪਰਿਵਾਰ ਸਣੇ ਬੱਚਿਆਂ ਸਮੇਤ ਸਾਰੇ ਚੁੱਪ ਚੁਪੀਤ ਨਾਲ ਬੈਠ ਜਾਓ ਸ਼ਾਂਤੀ 'ਚ ਬੈਠ ਜਾਓ ਅਤੇ ਰਲ ਕੇ ਆਪਾਂ ਪ੍ਰਭੂ ਦੀ ਤਾਰੀਫ 'ਤੇ ਵਡਿਆਈ ਕਰੀਏ ਹਾਲੇਲੂਆ ਅੱਜ ਦਾ ਪ੍ਰੋਗਰਾਮ ਜਿਹੜਾ ਇਸ ਗੀਤ ਦੇ ਨਾਲ ਆਪਾਂ ਸ਼ੁਰੂ ਕਰਦੇ ਹਾਂ ਤੇਰੇ ਨਾਮ 'ਤੇ ਜਿੱਥੇ ਖਲੋਵਾਂ ਕੰਮ ਹੋਵਣ ਮੇਰੇ ਪੂਰੇ ਜਿਹੜਾ ਵੀ ਕੰਮ ਕਰਨਾ ਪ੍ਰਭੂ ਦਾ ਨਾਮ ਲੈ ਕੇ ਆਪਾਂ ਕਰਨਾ ਤਾਂ ਫਿਰ ਦੇਖਿਓ ਉਹ ਜਿਹੜਾ ਬਿਨਾਂ ਵਿਘਨ ਤੋਂ ਉਹ ਪ੍ਰੋਗਰਾਮ ਤੁਹਾਡਾ ਪੂਰਾ ਹੋਏਗਾ ਉਹ ਤੁਹਾਡੇ ਕੰਮ ਜਿਹੜੇ ਪੂਰੇ ਹੋਣਗੇ ਸਭ ਰਲ ਕੇ ਪ੍ਰਭੂ ਦੀ ਤਾਰੀਫ ਕਰੀਏ ਹਾਲੇਲੂਆ ਤੇਰੇ
ਮੇਰੀਆਂ ਲਾਈਨਾਂ ਦੇਰੀਆਂ
ਜਿਹੜਾ ਅੱਗੇ ਨਹੀਂ ਪਹਾੜ ਖਲੋ ਸਕਦਾ, ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ। ਜਿੱਦਾਂ ਮੈਂ ਪਹਿਲਾਂ ਆਖਿਆ ਭੈਣੋ ਭਰਾਵੋ, ਵਿਸ਼ਵਾਸ ਕਰਨ ਵਾਲਿਆਂ ਲਈ ਸਭ ਕੁਝ ਹੋ ਜਾਂਦਾ ਆ। ਵਿਸ਼ਵਾਸ ਕਰਨਾ ਚਾਹੀਦਾ ਆ, ਭਾਵੇਂ ਜਿੱਡੀਆਂ ਮਰਜ਼ੀ ਬਿਮਾਰੀਆਂ ਦਾ ਬੋਝ ਹੋਵੇ, ਪਹਾੜ ਹੋਣ, ਛੁਟਕਾਰਾ ਆਪਾਂ ਨੂੰ ਨਿਸ਼ਚਾ ਰੱਖਣ ਦੇ ਨਾਲ ਹੀ ਹੁੰਦਾ ਆ। ਛੁਟਕਾਰਾ ਆਪਾਂ ਨੂੰ ਜੇ ਆਪਾਂ ਵਿਸ਼ਵਾਸ ਕਰਾਂਗੇ ਤਾਂ ਹੀ ਮਿਲਣਾ ਆ। ਸ਼ਿਫਾ ਆਪਾਂ ਨੂੰ ਬਿਮਾਰੀਆਂ ਤੋਂ ਤਾਂ ਹੀ ਮਿਲਣੀ ਜੇਕਰ ਆਪਾਂ ਵਿਸ਼ਵਾਸ ਕਰਾਂਗੇ ਪ੍ਰਭੂ ਯੇਸੂ ਮਸੀਹ ਦੇ ਉੱਤੇ। ਪ੍ਰਭੂ ਯੇਸੂ ਮਸੀਹ ਦੇ ਨਾਂ ਦੇ ਵਿੱਚ ਆ ਦੁਸ਼ਟਾਂ ਆਪਾਂ ਨੂੰ ਛੁਟਕਾਰਾ ਮਿਲਦਾ ਆ, ਦੁਸ਼ਟਾਂ ਤੋਂ ਯੇਸੂ ਮਸੀਹ ਦੇ ਨਾਂ 'ਚ ਆਪਾਂ ਨੂੰ ਸ਼ਿਫਾ ਮਿਲਦੀ ਆ। ਸੋ ਆਪਾਂ ਨੂੰ ਹਮੇਸ਼ਾ ਹੀ ਪ੍ਰਭੂ ਆਪਣੇ ਦਿਲ 'ਚ ਚੇਤੇ ਰੱਖਣਾ ਚਾਹੀਦਾ, ਉਹਦਾ ਨਾਮ ਆਪਣੇ ਦਿਲ 'ਚ ਰੱਖਣਾ ਚਾਹੀਦਾ। ਕਦੇ ਵੀ ਮੁਸੀਬਤ ਆਪਣੇ 'ਤੇ ਆਵੇ ਆਪਾਂ ਉਹਨੂੰ ਪੁਕਾਰੀਏ ਅਤੇ ਉਹ ਆਪਾਂ ਨੂੰ ਉੱਤਰ ਦਿੰਦਾ। ਆਓ ਰਲ ਕੇ ਪ੍ਰਭੂ ਦੀ ਵਡਿਆਈ ਕਰੀਏ। ਹਾਲੇਲੂਯਾ। ਸਭ ਕੁਝ ਹੋ ਸਕਦਾ, ਚਾਹੇ ਅੱਗੇ ਨਹੀਂ ਪਹਾੜ ਖਲੋ ਸਕਦਾ, ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ। ਮੇਰੇ ਜ਼ਖਮ ਦਿਲਾਂ ਦੇ ਯੇਸੂ ਧੋ ਸਕਦਾ, ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ। ਨਹੀਂ ਚਾਹਿਆ ਤੇ ਨਹੀਂ ਪਹਾੜ ਖਲੋ ਸਕਦਾ, ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ। ਸਭ ਕੁਝ ਹੋ ਸਕਦਾ, ਚਾਹਿਆ ਤੇ ਨਹੀਂ ਪਹਾੜ ਖਲੋ ਸਕਦਾ, ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ।
ਪਹਿਲਵਾਨੀ ਹੋਏ ਨੇ ਜਦ ਜਾਗੀ ਉਹਨਾਂ ਨੂੰ ਕਰਦਾਰੇ ਨੇ ਜਾਲੇ ਬਾਨੀ ਹੋਏ ਨੇ ਜਦ ਜਲ ਗਏ ਉਹਨਾਂ ਸੰਤਾਂ ਦੇ ਹੁਣ ਜਾਂਦੇ ਨਹੀਂ ਹੋਏ ਨੇ ਪਾਪਲ ਹੋ ਸਕਦਾ ਕਰੀਏ ਜੇ ਵਿਸ਼ਵਾਸ ਕਦਮ ਕੁਝ ਹੋ ਸਕਦਾ ਰੱਬ ਦੇ ਕੋਲੋਂ ਕਿਹੜਾ ਪਾਪਲ ਹੋ ਸਕਦਾ ਕਰੀਏ ਜੇ ਵਿਸ਼ਵਾਸ ਕਦਮ ਕੁਝ ਹੋ ਸਕਦਾ ਚਾਹੇ ਨਹੀਂ ਪਾਰ ਹੋ ਸਕਦਾ ਕਰੀਏ ਜੇ ਵਿਸ਼ਵਾਸ ਕਦਮ ਕੁਝ ਹੋ ਸਕਦਾ ਚਾਹੇ ਨਹੀਂ ਆਉਣਾ 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 ਮੇਰੇ ਪ੍ਰਭੂ ਯੇਸੂ ਨੇ ਅੱਜ ਆਉਣਾ ਮੇਰੇ ਭੈਣੋ ਭਰਾਵੋ ਉਡੀਕਦੇ ਰਹੋ ਤੁਸੀਂ ਪ੍ਰਭੂ ਯੇਸੂ ਮਸੀਹ ਅੱਜ ਹੁਣੇ ਇਸੇ ਵਕਤ ਤੁਹਾਡੇ ਘਰਾਂ ਦੇ ਵਿੱਚ ਆ ਰਿਹਾ ਜਦੋਂ ਤੁਸੀਂ ਗਾਉਣਾ ਤੁਸੀਂ ਮਹਿਸੂਸ ਕਰਨਾ ਉਹਨੂੰ ਕਿ ਪ੍ਰਭੂ ਜੀ ਦਾ ਆਤਮਾ ਸੱਚੀ ਸਾਡੇ ਘਰ ਦੇ ਵਿੱਚ ਆ ਰਿਹਾ ਕਿਉਂਕਿ ਤੁਸੀਂ ਆਨੰਦ ਸ਼ਾਂਤੀ ਖੁਸ਼ੀ ਨਾਲ ਭਰ ਜਾਣਾ ਹੈ ਜਦੋਂ ਪ੍ਰਭੂ ਜੀ ਦੀ ਹਜ਼ੂਰੀ ਤੁਹਾਡੇ ਦਿਲ 'ਚ ਆਉਣੀ ਆ ਸੋ ਆਓ ਰਲ ਕੇ ਆਪਾਂ ਪ੍ਰਭੂ ਦੀ ਤਾਰੀਫ ਕਰੀਏ ਵਡਿਆਈ ਕਰੀਏ ਜੈ ਜੈਕਾਰ ਕਰੀਏ ਹਾਲੇਲੂਯਾ ਪ੍ਰਭੂ ਜੇ ਤੂੰ ਮੇਰਾ ਜੀ ਆਉਣਾ ਆਉਣਾ
ਬ੍ਰੇਕ ਤੋਂ ਬਾਅਦ ਆਪ ਸਾਰਿਆਂ ਨੂੰ ਇੱਕ ਵਾਰੀ ਫਿਰ ਅਸੀਂ ਜੈ ਮਸੀਹ ਦੀ ਆਖਦੇ ਹਾਂ ਤਾਂ ਪਰਮੇਸ਼ੁਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਕਿ ਆਪਾਂ ਨੂੰ ਇੱਕ ਔਰ ਮੌਕਾ ਬਖਸ਼ਿਆ ਆ ਕਿ ਆਪਾਂ ਪਰਮੇਸ਼ੁਰ ਦੀ ਤਾਰੀਫ ਅਤੇ ਵਡਿਆਈ ਕਰ ਸਕਦੇ, ਉਹਦੇ ਨਾਮ ਦੀ ਮਹਿਮਾ ਕਰ ਸਕਦੇ ਹਾਂ। ਹੁਣ ਟਾਈਮ ਆ ਗਿਆ ਪਰ ਉਹਦੀ ਬਾਣੀ 'ਚੋਂ ਸਿੱਖਣ ਦਾ ਅਤੇ ਸਿਖਾਲਣਾ ਆਪਾਂ ਨੂੰ ਪਾਸਟਰ ਮਦਨ ਜੀ ਨੇ। ਸੋ ਪਾਸਟਰ ਮਦਨ ਜੀ ਲੁਧਿਆਣੇ ਸ਼ਹਿਰ ਤੋਂ ਇੰਡੀਆ ਤੋਂ ਆਪਣੇ ਕੋਲ ਆਏ ਆ। ਸੋ ਅਸੀਂ ਪਾਸਟਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਕਾਂਚੀ ਟੀਵੀ ਦੇ ਸਟੂਡੀਓ ਦੇ ਵਿੱਚ। ਮੈਨੂੰ ਪਤਾ ਇਹ ਪਹਿਲਾਂ ਵੀ ਕਈ ਵਾਰੀ ਪਾਸਟਰ ਜੀ ਆਏ ਆ, ਪਰ ਹੁਣ ਫਿਰ ਇੰਗਲੈਂਡ ਦੇ ਟੂਰ ਵਿੱਚ ਆਏ ਹੋਏ ਆ। ਸੋ ਪਰਮੇਸ਼ੁਰ ਇਹਨਾਂ ਨੂੰ ਬਹੁਤ ਬਹੁਤ ਆਸ਼ੀਸ਼ ਅਤੇ ਬਰਕਤ ਦੇਵੇ। ਸੋ ਆਓ ਆਪਾਂ ਅੱਜ ਪਾਸਟਰ ਜੀ ਨੂੰ ਪੁੱਛਦੇ ਹਾਂ ਕਿ ਅੱਜ ਪ੍ਰਭੂ ਜੀ ਨੇ ਇਹਨਾਂ ਨੂੰ ਆਪਣੇ ਵਾਸਤੇ ਕੀ ਸੁਨੇਹਾ ਦਿੱਤਾ, ਆਪਣੇ ਨਾਲ ਕੀ ਪਰਮੇਸ਼ੁਰ ਗੱਲ ਕਰਨੀ ਚਾਹੁੰਦਾ ਆ। ਪਾਸਟਰ ਜੀ ਅਸੀਂ ਤੁਹਾਨੂੰ ਵੈਲਕਮ ਕਰਦੇ ਇੱਕ ਵਾਰੀ ਫਿਰ ਕਾਂਚੀ ਦੇ ਸਟੂਡੀਓ 'ਚ, ਅਤੇ ਤੁਸੀਂ ਭੈਣਾਂ ਭਰਾਵਾਂ ਨੂੰ ਅੱਜ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਪ੍ਰਭੂ ਦੇ ਦਾਸ ਗੁਰਮੁਖ ਜੀ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ, ਆਲ ਨੇਸ਼ਨ ਚਰਚ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕਾ ਦਿੱਤਾ ਹੈ, ਔਰ ਮੈਂ ਕੰਸੀ ਦੇ ਟੀਵੀ ਦੇ ਸਰੋਤਿਆਂ ਦੇ ਲਈ ਵੀ ਧੰਨਵਾਦ ਕਰਦਾ। ਸੋ ਅੱਜ ਦਾ ਪਵਿੱਤਰ ਬਾਣੀ ਵਚਨ ਦੇ ਵਿੱਚੋਂ ਆਪਾਂ ਦੇਖਾਂਗੇ ਪਾਪ ਔਰ ਮਾਫ਼ੀ। ਪਾਪ ਔਰ ਪੁੰਨ ਦੇ ਬਾਰੇ ਤਾਂ ਤੁਸੀਂ ਸੁਣਿਆ ਹੋਣਾ, ਪਰ ਪਾਪ ਔਰ ਮਾਫ਼ੀ ਦੇ ਬਾਰੇ ਕਦੀ ਨਹੀਂ ਸੁਣਿਆ ਹੋਏਗਾ, ਕਿਉਂਕਿ ਪਵਿੱਤਰ ਬਾਣੀ ਵਚਨ ਦੇ ਵਿੱਚੋਂ ਆਪਾਂ ਕੁਛ ਗੱਲਾਂ ਦੇਖਾਂਗੇ। ਪਰ ਉਸ ਤੋਂ ਪਹਿਲਾਂ ਮੈਂ ਆਪਣੇ ਜੀਵਨ ਦੀ ਛੋਟੀ ਜਿਹੀ ਗਵਾਹੀ ਦੇਣਾ ਚਾਹੁੰਦਾ। ਮੇਰਾ ਨਾਮ ਮਦਨ ਲਾਲ, ਮੈਂ ਲੁਧਿਆਣੇ ਸ਼ਹਿਰ ਦਾ ਰਹਿਣ ਵਾਲਾ, ਔਰ ਬਚਪਨ 'ਚ ਜਦੋਂ ਮੈਂ 2 ਸਾਲ ਦਾ ਸੀ ਉਦੋਂ ਸਾਡੇ ਘਰ 'ਚ ਸਮੱਸਿਆਵਾਂ ਸ਼ੁਰੂ ਹੋਈਆਂ। ਮੇਰੇ ਪਿਤਾ ਜੀ ਨੂੰ ਕਿਸੇ ਨੇ ਜਾਦੂ ਟੂਣਾ ਕੀਤਾ ਔਰ ਉਹਨਾਂ ਦੀ ਮੌਤ ਹੋਈ। ਮੇਰੀ ਉਮਰ ਜਦੋਂ 7 ਸਾਲ ਦੀ ਸੀ, ਮੈਂ ਵੀ ਬਿਲਕੁਲ ਮੌਤ ਦੇ ਬਿਸਤਰ 'ਤੇ ਸੀ, ਔਰ ਪਹਿਲੀ ਕਲਾਸ ਪਾਸ ਹਾਂ। ਸਕੂਲ 'ਚੋਂ ਮੈਨੂੰ ਬਾਹਰ ਕੱਢ ਦਿੱਤਾ ਗਿਆ ਮੇਰੀ ਬਿਮਾਰੀ ਦੇ ਕਾਰਨ, ਕਿਉਂਕਿ ਨਾ ਮੈਂ ਬਗੈਰ ਸਹਾਰੇ ਤੋਂ ਬੈਠ ਸਕਦਾ ਸੀ, ਨਾ ਚੱਲ ਸਕਦਾ ਸੀ, ਨਾ ਸਫ਼ਰ ਕਰ ਸਕਦਾ ਸੀ। ਔਰ ਉਸ ਤੋਂ ਬਾਅਦ ਘਰ ਦੇ ਜਿਹੜੇ ਹਾਲਾਤ ਸਾਡੇ ਬੁਰੇ ਹੋ ਗਏ ਨੇ, ਔਰ ਰੋਟੀਆਂ ਵਾਜਾ ਰੱਸੀ ਹੋ ਗਏ, ਔਰ ਫਿਰ ਮੈਨੂੰ ਧਾਰਮਿਕ ਸਥਾਨਾਂ 'ਤੇ ਚਾਰ ਸਟੇਟਾਂ ਵਿੱਚ ਲੈ ਕੇ ਗਏ, ਔਰ ਚੇਲਿਆਂ ਸਿਆਣਿਆਂ ਕੋਲ ਅਣਗਿਣਤ ਬੱਕਰੇ ਮੁਰਗੇ ਸ਼ਰਾਬ ਦੀਆਂ ਬੋਤਲਾਂ ਪੈਸੇ ਦਿੱਤੇ, ਔਰ ਇਹਦੇ ਨਾਲ ਨਾਲ ਦੇਸੀ ਹਕੀਮਾਂ ਕੋਲ ਵੀ ਜਾਂਦੇ ਰਹੇ, ਵੱਡੇ ਹੋਸਪਿਟਲਾਂ 'ਚ ਵੀ ਜਾਂਦੇ ਰਹੇ, ਪਰ ਕੋਈ ਠੀਕ ਨਹੀਂ ਕਰ ਸਕਿਆ। ਉਹ ਇੱਕ ਦਿਨ ਸਮਾਂ ਸੀ ਜਦੋਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਥੋੜ੍ਹੇ ਦਿਨ ਦਾ ਮਹਿਮਾਨ ਇਹਦੀ ਘਰ 'ਚ ਸੇਵਾ ਕਰੋ, ਬਚੇਗਾ ਨਹੀਂ, ਇਹਦੀ ਮੌਤ ਹੋ ਜਾਣੀ ਆ। ਔਰ ਉਹ ਸਮਾਂ ਸੀਗਾ ਕਿ ਮੈਂ ਚਾਹੁੰਦਾ ਸੀ ਮੈਨੂੰ ਕੋਈ ਜ਼ਹਿਰ ਦੇ ਦੇ, ਮੈਂ ਜਲਦੀ ਖਾਵਾਂ ਅਤੇ ਮੈਂ ਖਤਮ ਹੋ ਜਾਵਾਂ, ਕਿਉਂਕਿ ਮੈਂ ਆਪਣੇ ਆਪ ਨੂੰ ਆਪਣੇ ਘਰ ਦੇ ਉੱਪਰ ਇੱਕ ਬੋਝ ਸਮਝਣਾ ਸ਼ੁਰੂ ਕੀਤਾ ਸੀਗਾ। ਪਰ ਜਦੋਂ ਕੋਈ ਵੀ ਬਚਾਉਣ ਵਾਲਾ ਨਹੀਂ ਸੀ, ਉਸ ਸਮੇਂ ਪ੍ਰਭੂ ਯੇਸ਼ੂ ਮਸੀਹ ਦੀ ਪਵਿੱਤਰ ਬਾਣੀ ਵਚਨ ਸਾਡੇ ਮੁਹੱਲੇ 'ਚ ਹੀ ਕਿਸੇ ਦੇ ਘਰ ਸਤਸੰਗ ਹੋ ਰਿਹਾ ਸੀ, ਸਤਿਕਾਰਯੋਗ ਪ੍ਰਭੂ ਦੇ ਦਾਸ ਪਾਸਟਰ ਜਰਨੈਲ ਸਿੰਘ ਜੀ, ਅਤੇ ਉਹ ਪ੍ਰਭੂ ਯੇਸ਼ੂ ਦੇ ਪਵਿੱਤਰ ਬਾਣੀ ਵਚਨ ਦੇ ਵਿੱਚੋਂ ਪ੍ਰਚਾਰ ਕਰਦੇ ਸਨ ਵਿਸ਼ਵਾਸ ਬਾਰੇ, ਔਰ ਮੈਂ ਵੀ ਪ੍ਰਭੂ ਯੇਸ਼ੂ ਜੀ ਨੂੰ ਆਪਣਾ ਮੁਕਤੀਦਾਤਾ ਕਰਕੇ ਗ੍ਰਹਿਣ ਕੀਤਾ। ਜਦੋਂ ਮੇਰੇ ਲਈ ਅਰਦਾਸ ਕੀਤੀ ਗਈ, ਪ੍ਰਾਰਥਨਾ ਕੀਤੀ ਗਈ, ਅਤੇ ਇੱਕ ਚਮਤਕਾਰ ਕੰਮ ਹੋਇਆ, ਮੇਰੇ ਅੰਦਰੋਂ ਸ਼ੈਤਾਨੀ ਸ਼ਕਤੀਆਂ ਨਿਕਲ ਗਈਆਂ। ਜਿਹੜੀ ਗਠੀਏ ਦੀ ਬਿਮਾਰੀ ਸੀਗੀ, ਜਿਹੜਾ ਮੈਂ 5 ਮਿੰਟ ਬਗੈਰ ਸਹਾਰੇ ਤੋਂ ਚੱਲ ਨਹੀਂ ਸੀ ਸਕਦਾ, ਜੋੜਾਂ 'ਚ ਦਰਦਾਂ ਪੈਂਦੀਆਂ ਸੀ, ਔਰ ਪ੍ਰਭੂ ਯੇਸੂ ਨੇ ਮੈਨੂੰ ਚੰਗਾ ਕੀਤਾ। ਜਿਹੜਾ 5 ਮਿੰਟ ਬੈਠ ਨਹੀਂ ਸਕਦਾ, 10 ਤੋਂ 15 ਘੰਟੇ ਬੈਠਣਾ ਸ਼ੁਰੂ ਕੀਤਾ। ਅੱਜ ਮੈਂ ਰੱਬ ਦਾ ਸ਼ੁਕਰ ਕਰਦਾ ਕਿ ਉਹ ਅੱਜ ਕਾਂਚੀ ਟੀਵੀ ਦੇ ਉੱਪਰ ਫਿਰ ਲੈ ਕੇ ਆਇਆ। ਮੈਂ ਆਪ ਸਭ ਦਾ ਧੰਨਵਾਦ ਕਰਦਾ ਹਾਂ। ਤੋ ਆਓ ਪਾਸਟਰ ਪ੍ਰਭੂ ਦੇ ਦਾਸ ਜੀ ਮੇਰੇ ਨਾਲ ਹੈਲਪ ਕਰੋਗੇ। ਪਵਿੱਤਰ ਬਾਣੀ ਵਚਨ ਦੇ ਵਿੱਚੋਂ ਅਸੀਂ ਪੜ੍ਹਾਂਗੇ ਉਤਪਤੀ ਦੀ ਕਿਤਾਬ, ਉਹਦਾ 2 ਅਧਿਆਏ, ਉਹਦੀ 7 ਅਧਿਆਇ ਦੇ ਉੱਪਰ ਆਪਾਂ ਗੌਰ ਕਰਾਂਗੇ। ਪੰਜਾਬੀ ਦੇ ਵਿੱਚ ਪਵਿੱਤਰ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਹੈ, ਯਹੋਵਾ ਪਰਮੇਸ਼ਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਵਿੱਚ ਜੀਵਨ ਦਾ ਸਾਹ ਫੂਕਿਆ,
ਸੋ ਆਦਮੀ ਜਿਉਂ ਦੀ ਜਾਨ ਹੋ ਗਿਆ। ਔਰ ਇਸ ਹੈ ਮੈਂ ਦੱਸਣਾ ਚਾਹੁੰਦਾ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਪਾਪ ਔਰ ਮਾਫੀ। ਔਰ ਪਰਮੇਸ਼ੁਰ ਨੇ ਜਦੋਂ ਆਕਾਸ਼ ਧਰਤੀ ਚੰਦ ਸੂਰਜ ਸਿਤਾਰੇ ਸਭ ਆਪਣੇ ਸ਼ਬਦਾਂ ਦੇ ਦੁਆਰਾ ਬੋਲਦੇ ਗਏ ਅਤੇ ਸਭ ਕੁਝ ਰਚਨਾ ਹੁੰਦੀ ਗਈ ਔਰ ਉਸ ਤੋਂ ਬਾਅਦ ਪਰਮੇਸ਼ੁਰ ਨੇ ਚਾਹਿਆ ਕਿ ਉਹਦੇ ਨਾਲ ਵੀ ਕੋਈ ਸੰਗਤੀ ਕਰਨ ਵਾਲਾ ਹੋਵੇ। ਤਦ ਪਰਮੇਸ਼ੁਰ ਨੇ ਇਹ ਆਖਿਆ ਕਿ ਕਿਉਂ ਨਾ ਆਪਾਂ ਮਨੁੱਖ ਨੂੰ ਆਪਣੇ ਵਰਗਾ ਅਤੇ ਆਪਣੇ ਸਰੂਪ ਉੱਤੇ ਬਣਾਈਏ। ਅਤੇ ਲਿਖਿਆ ਪਰਮੇਸ਼ੁਰ ਨੇ ਜ਼ਮੀਨ ਦੀ ਮਿੱਟੀ ਲਈ ਔਰ ਉਸ ਮਿੱਟੀ ਨੂੰ ਗੋਇਆ, ਉਸ ਮਿੱਟੀ ਦਾ ਬੁੱਤ ਤਿਆਰ ਕੀਤਾ ਔਰ ਉਸ ਮਿੱਟੀ ਦੇ ਬੁੱਤ ਵਿੱਚ ਸਾਹ ਜ਼ਿੰਦਗੀ ਦਾ ਸਾਹ ਫੂਕਿਆ ਅਤੇ ਉਹ ਬੁੱਤ ਜਿੰਦੀ ਜਾਨ ਬਣਿਆ। ਉਹ ਬੁੱਤ ਜਿਹੜਾ ਜਿੰਦੀ ਜਾਨ ਬਣਿਆ ਅੱਜ ਅਸੀਂ ਅਤੇ ਤੁਸੀਂ ਅੱਜ ਸਾਰੇ ਸੰਸਾਰ ਦੇ ਜਿਹੜੇ ਰੱਬ ਦੇ ਹੱਥਾਂ ਦੀ ਰਚਨਾ ਹੈ ਔਰ ਪਰਮੇਸ਼ੁਰ ਦੀ ਬਣਾਈ ਹੋਈ ਰਚਨਾ ਹੈ। ਪਰ ਇਹਦੇ ਨਾਲ ਨਾਲ ਪਰਮੇਸ਼ੁਰ ਨੇ ਉਸੇ ਮਨੁੱਖ ਨੂੰ ਜਿਹਦਾ ਨਾਮ ਆਦਮ ਰੱਖਿਆ ਸੀਗਾ, ਪਰਮੇਸ਼ੁਰ ਨੇ ਸਾਰੀਆਂ ਚੀਜ਼ਾਂ ਦੇ ਉੱਪਰ ਉਹਨੂੰ ਅਧਿਕਾਰੀ ਬਣਾ ਦਿੱਤਾ ਔਰ ਚਾਹੇ ਆਕਾਸ਼ ਦੇ ਪੰਛੀ ਨੇ ਔਰ ਜ਼ਮੀਨ ਦੇ ਜਾਨਵਰ ਨੇ ਔਰ ਸਮੁੰਦਰ ਦੇ ਜੀਵ ਜੰਤੂ ਹੈ, ਸਾਰੀਆਂ ਚੀਜ਼ਾਂ ਦੇ ਪਰਮੇਸ਼ੁਰ ਨੂੰ ਅਧਿਕਾਰੀ ਬਣਾਇਆ। ਪਰ ਇਹਦੇ ਨਾਲ ਨਾਲ ਪਰਮੇਸ਼ੁਰ ਨੇ ਕੁਛ ਆਗਿਆ ਦਿੱਤੀ ਸੀ। ਮੇਰੇ ਨਾਲ ਦੋ ਅਧਿਆਏ ਉਹਦੀ 15 ਅਤੇ 16-17 ਵੀ ਪੜ੍ਹੀਏ। ਪਵਿੱਤਰ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਹੈ, ਯਹੋਵਾ ਪਰਮੇਸ਼ੁਰ ਨੇ ਉਸ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖਿਆ ਤਾਂ ਜੋ ਉਹ ਉਸ ਦੀ ਵਾਹੀ ਅਤੇ ਰਾਖੀ ਕਰੇ। ਤਾਂ ਯਹੋਵਾ ਪਰਮੇਸ਼ੁਰ ਨੇ ਆਦਮੀ ਨੂੰ ਆਗਿਆ ਦਿੱਤੀ ਕਿ ਬਾਗ ਦੇ ਹਰ ਬਿਰਸ਼ ਤੋਂ ਤੂੰ ਨਿਸੰਗ ਖਾਈਂ, ਪਰ ਭਲੇ ਬੁਰੇ ਦੀ ਸਿਆਣ ਦੇ ਬਿਰਸ਼ ਤੋਂ ਤੂੰ ਨਾ ਖਾਈਂ, ਕਿਉਂ ਜੋ ਜਿਸ ਦਿਨ ਤੂੰ ਉਸ ਤੋਂ ਖਾਵੇਂ ਤੂੰ ਜ਼ਰੂਰ ਮਰੇਗਾ। ਓਕੇ, ਤਾਂ ਇਹਦਾ ਮਤਲਬ ਹੈ ਪਰਮੇਸ਼ੁਰ ਨੇ ਜਦੋਂ ਇਨਸਾਨ ਦੀ ਰਚਨਾ ਕੀਤੀ ਅਤੇ ਨਾਲ ਨਾਲ ਉਹਨੂੰ ਹੁਕਮ ਵੀ ਦਿੱਤਾ, ਆਗਿਆ ਦਿੱਤੀ, ਆਗਿਆ ਇਹ ਸੀਗੀ ਕਿ ਤੂੰ ਤੇਰੇ ਕੋਲ ਸਾਰੀਆਂ ਚੀਜ਼ਾਂ ਦੇ ਉੱਪਰ ਮੈਂ ਤੈਨੂੰ ਅਧਿਕਾਰੀ ਬਣਾਇਆ, ਪਰ ਇੱਕ ਜਿਹੜਾ ਅਦਨ ਦਾ ਬਾਗ ਬਣਾਇਆ ਉਹਦੇ ਵਿੱਚ ਇੱਕ ਬ੍ਰਿਕਸ਼ ਸੀ ਜਿਹੜਾ ਭਲੇ ਬੁਰੇ ਦੀ ਸਿਆਣ ਦਾ ਫਲ ਸੀਗਾ। ਪਰਮੇਸ਼ੁਰ ਨੇ ਕਿਹਾ ਸਾਰੇ ਫਲਾਂ ਤੋਂ ਤੈਨੂੰ ਕੋਈ ਰੋਕਣਾ ਨਹੀਂ ਹੈ, ਪਰ ਇੱਕ ਫਲ ਹੈ ਔਰ ਉਹ ਫਲ ਕੋਈ ਬੋਲ ਰਿਹਾ, ਕੋਈ ਕੁਛ ਬੋਲ ਰਿਹਾ, ਕਿਉਂਕਿ ਆਪਣੇ ਕੋਲ ਸਮਾਂ ਨਹੀਂ, ਮੈਂ ਇਹਦੇ 'ਤੇ ਜ਼ਿਆਦਾ ਵਿਸ਼ੇ 'ਤੇ ਬੋਲਾਂ। ਤਾਂ ਇਸ ਕਰਕੇ ਪਰਮੇਸ਼ੁਰ ਦਾ ਇੱਕ ਹੁਕਮ ਸੀਗਾ ਅਤੇ ਨਾਲ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਪਰਮੇਸ਼ੁਰ ਨੇ ਕਿਹਾ ਜਿੱਦਣ ਤੂੰ ਖਾਏਗਾ ਉਦਣ ਹੀ ਮਰ ਜਾਏਗਾ। ਅਗਰ ਦੇਖਿਆ ਜਾਏ ਪਰਮੇਸ਼ੁਰ ਨੇ ਤਾਂ ਆਪਣੇ ਸਰੂਪ ਅਤੇ ਆਪਣੇ ਵਰਗਾ ਬਣਾਇਆ ਸੀ, ਰੱਬ ਨੇ ਮੌਤ ਨਹੀਂ ਬਣਾਈ। ਮੌਤ ਨੂੰ ਇਨਸਾਨ ਅੱਜ ਖਰੀਦਦਾ ਹੈ, ਮੁੱਲ ਖਰੀਦਦਾ, ਉਹ ਨਸ਼ਿਆਂ ਦੇ ਦੁਆਰਾ, ਹਰ ਪ੍ਰਕਾਰ ਦੀ ਬੁਰਿਆਈ ਦੇ ਦੁਆਰਾ ਇਨਸਾਨ ਪਾਪ ਨੂੰ ਬੁਰਿਆਈ ਦੇ ਵਿੱਚ ਵੱਧਦਾ ਜਾ ਰਿਹਾ। ਔਰ ਇਸ ਕਰਕੇ ਉਸ ਤੋਂ ਬਾਅਦ ਪਰਮੇਸ਼ੁਰ ਨੇ ਲਿਖਿਆ ਕਿ ਉਤਪਤੀ ਦੀ ਕਿਤਾਬ 6:5-6 ਐਤ ਔਰ ਉਸ ਤੋਂ ਬਾਅਦ 11-12 ਐਤ ਪੜ੍ਹਦੇ ਹਾਂ ਅਤੇ ਉੱਥੇ ਬਾਣੀ 'ਚ ਇਹ ਲਿਖਿਆ ਹੈ ਕਿ ਪਰਮੇਸ਼ੁਰ ਨੇ ਇਹ ਗੱਲ ਕਹੀ ਕਿ ਮੈਂ ਮਨੁੱਖ ਨੂੰ ਧਰਤੀ ਉੱਪਰ ਐਵੇਂ ਬਣਾਇਆ ਕਿਉਂਕਿ ਪਰਮੇਸ਼ੁਰ ਦੇ ਖਿਲਾਫ ਉਹਨੇ ਗੁਨਾਹ ਕੀਤਾ, ਪਰਮੇਸ਼ੁਰ ਦੇ ਹੁਕਮ ਨੂੰ ਤੋੜਿਆ ਔਰ ਇਸ ਕਰਕੇ ਗੁਨਾਹ ਉਹਦੀ ਜ਼ਿੰਦਗੀ ਦੇ ਵਿੱਚ ਆ ਗਿਆ। ਤਦ ਪਰਮੇਸ਼ੁਰ ਨੇ ਕਿਹਾ ਮੈਂ ਆਦਮੀ ਦੇ ਕਾਰਨ ਸਾਰੀ ਸ੍ਰਿਸ਼ਟੀ ਨੂੰ ਨਾਸ਼ ਕਰਾਂਗਾ। ਅਤੇ ਫਿਰ 7 ਅਧਿਆਏ ਦੇ ਵਿੱਚ ਪੜ੍ਹੋਗੇ ਅਤੇ ਉੱਥੇ ਲਿਖਿਆ ਪਰਮੇਸ਼ੁਰ ਨੇ ਜਲ ਪਰਲੋ ਲਿਆ ਕੇ ਸਾਰੀ ਦੁਨੀਆ ਦਾ ਨਾਸ਼ ਕੀਤਾ, ਪਰ 8 ਜਾਨਾਂ ਜਿਹੜੀਆਂ ਬਚ ਗਈਆਂ। ਪਰ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਪਰਮੇਸ਼ੁਰ ਨੇ ਕਿਹਾ
ਕਿ ਇਨਸਾਨ ਦੀ ਬੁਰਿਆਈ ਜਿਹੜੀ ਹੈ ਉਹ ਅਸਮਾਨ ਤੀਕਰ ਪਹੁੰਚ ਗਈ ਹੈ, ਕਿਉਂਕਿ ਇਨਸਾਨ ਦੀ ਸੋਚ ਸਾਰਾ ਦਿਨ ਬੁਰੀ ਰਹਿੰਦੀ ਹੈ। ਅੱਜ ਦੇ ਜ਼ਮਾਨੇ 'ਚ ਦੇਖਿਆ ਜਾਏ ਚਾਹੇ ਦੁਨੀਆ ਦੇ ਜਿਸ ਮਰਜ਼ੀ ਕੋਨੇ 'ਤੇ ਚੱਲ ਜਾਓ, ਕੋਈ ਬੁਰਿਆਈ ਨੂੰ ਕਾਬੂ ਨਹੀਂ ਕਰ ਸਕਿਆ, ਨਾ ਕੋਈ ਕਰ ਸਕਦਾ ਹੈ, ਕਿਉਂਕਿ ਇਨਸਾਨ ਆਪਣੀ ਸੋਚ ਦੇ ਮੁਤਾਬਕ ਚੱਲਦਾ। ਉਸ ਤੋਂ ਬਾਅਦ ਲਿਖਿਆ ਕਿ ਪਰਮੇਸ਼ਰ ਦਾ ਕ੍ਰੋਧ ਦੁਨੀਆ 'ਤੇ ਪਿਆ ਅਤੇ ਦੁਨੀਆ ਨੂੰ ਨਾਸ਼ ਕੀਤਾ, ਫਿਰ ਵੀ ਪਰਮੇਸ਼ਰ ਦਿਆਲੂ ਅਤੇ ਕਿਰਪਾਲੂ ਸੀ ਔਰ ਉਹਨੇ ਚਾਹਿਆ ਕਿ ਕਿਉਂ ਨਾ ਇਨਸਾਨ ਨੂੰ ਫਿਰ ਇੱਕ ਮੌਕਾ ਦਿੱਤਾ ਜਾਏ। ਪਰ ਉਹਦੇ ਨਾਲ ਨਾਲ ਫਿਰ ਇਨਸਾਨ ਬੁਰਿਆਈ ਅਤੇ ਬੁਰਿਆਈ, ਪਾਪ ਅਤੇ ਪਾਪ ਕਰਦਾ ਗਿਆ ਔਰ ਲੋਕਾਂ ਨੇ ਚਾਹਿਆ ਕਿ ਅਸੀਂ ਕੁਰਬਾਨੀਆਂ ਦੇਈਏ। ਕੋਈ ਜਾਨਵਰਾਂ ਦੀ ਕੁਰਬਾਨੀ ਦਿੰਦਾ ਸੀ, ਕੋਈ ਪੰਛੀਆਂ ਦੀ ਕੁਰਬਾਨੀ ਦਿੰਦਾ ਸੀ ਤਾਂ ਕਿ ਰੱਬ ਨੂੰ ਸੈਕਰੀਫਾਈ ਦਿੰਦੇ ਸਨ ਕਿ ਉਹਨੂੰ ਖੂਨ ਦੇ ਕੇ, ਖੂਨ ਦੀ ਕੁਰਬਾਨੀ ਦੇ ਕੇ ਅਤੇ ਉਹਨੂੰ ਮਨਾ ਸਕੀਏ। ਪਰਮੇਸ਼ਰ ਨੇ ਕਿਹਾ ਮੈਂ ਤੁਹਾਡੇ ਜਾਨਵਰਾਂ ਦਾ ਭੁੱਖਾ ਨਹੀਂ ਹੈ, ਅਗਰ ਜੇਕਰ ਮੈਨੂੰ ਜ਼ਰੂਰਤ ਹੈ ਤਾਂ ਧਰਤੀ ਦੇ ਉੱਪਰ ਜਿੰਨੇ ਜੀਵ ਜੰਤੂ ਜਾਨਵਰ ਹੈ ਮੇਰੇ ਨੇ, ਮੈਂ ਜਦੋਂ ਮਰਜ਼ੀ ਉਹਨੂੰ ਉਠਾ ਸਕਦਾ। ਪਰ ਉਹਨੂੰ ਜ਼ਰੂਰਤ ਸੀਗੀ ਇੱਕ ਪਵਿੱਤਰ ਕੁਰਬਾਨੀ ਦੀ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਪਰਮੇਸ਼ਰ ਨੇ ਜਦੋਂ ਆਕਾਸ਼ ਤੋਂ ਨਿਗਾਹ ਮਾਰੀ ਕਿ ਉਹਨੂੰ ਕੋਈ ਧਰਮੀ ਨਜ਼ਰ ਆਵੇ, ਕਿਉਂਕਿ ਇੱਕ ਵੀ ਧਰਮੀ ਨਹੀਂ ਸੀ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਜਲਾਲ ਤੋਂ, ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਪਿਆਰੋ, ਮੈਂ ਇੱਕ ਗੱਲ ਕਰਨਾ ਚਾਹੁੰਦਾ ਹਾਂ, ਬੁਰਿਆਈ ਸਿਖਾਈ ਨਹੀਂ ਜਾਂਦੀ, ਬੁਰਿਆਈ ਇਨਸਾਨ ਦੇ ਸੁਭਾਅ ਵਿੱਚ ਹੈ। ਗਾਲਾਂ ਸਿਖਾਈਆਂ ਨਹੀਂ ਜਾਂਦੀਆਂ, ਗਾਲਾਂ ਇਨਸਾਨ ਦੇ ਸੁਭਾਅ 'ਚ ਹੈ। ਚੋਰੀ ਕਰਨਾ, ਝੂਠ ਬੋਲਣਾ ਜਾਂ ਹਰ ਪ੍ਰਕਾਰ ਦੇ ਜੋ ਬੁਰਾ ਦੇਖਣਾ, ਬੁਰਾ ਸੋਚਣਾ, ਇਹ ਸਿਖਾਇਆ ਨਹੀਂ ਜਾਂਦਾ। ਇਹ ਇਨਸਾਨ ਦੇ ਮਾਇੰਡ ਵਿੱਚ ਹੈ, ਸੁਭਾਅ ਦੇ ਵਿੱਚ ਹੈ, ਖੂਨ ਦੇ ਵਿੱਚ ਹੈ। ਇਸ ਕਰਕੇ ਇਨਸਾਨ ਕੋਸ਼ਿਸ਼, ਚਾਹੇ ਹਜ਼ਾਰਾਂ ਵਾਰੀ ਕੋਸ਼ਿਸ਼ ਕਰੇ ਕਿ ਮੈਂ ਠੀਕ ਹੋ ਜਾਵਾਂ, ਸਹੀ ਰਸਤੇ ਚੱਲਾਂ, ਪਰ ਨਹੀਂ ਚੱਲ ਸਕਦਾ। ਉਸ ਤੋਂ ਬਾਅਦ ਲਿਖਿਆ ਜਦੋਂ ਪਰਮੇਸ਼ਰ ਨੇ ਦੇਖਿਆ ਇੱਕ ਵੀ ਧਰਮੀ ਨਹੀਂ ਸੀ, ਤਦ ਮੇਰੇ ਨਾਲ ਪਵਿੱਤਰ ਬਾਈਬਲ 'ਚੋਂ ਪੜ੍ਹਾਂਗੇ ਜੀ ਤੁਸੀਂ, ਰੋਮੀਆਂ ਦੀ ਕਿਤਾਬ ਉਹਦਾ 3 ਅਧਿਆਏ ਉਹਦੀ 23 ਔਰ 6 ਅਧਿਆਏ ਉਹਦੀ 23 ਅਧਿਆਇ ਨੂੰ ਵੀ ਪੜ੍ਹਾਂਗੇ। ਸੋ ਇੱਥੇ ਵੀ ਪ੍ਰਭੂ ਦੀ ਪਵਿੱਤਰ ਬਾਣੀ 'ਚ ਲਿਖਿਆ, ਕਿਉਂ ਪੜ੍ਹੋ ਜੀ, 3 ਦੀ 23 ਪਵਿੱਤਰ ਬਾਈਬਲ ਵਿੱਚ ਇਸ ਤਰ੍ਹਾਂ ਲਿਖਿਆ ਹੈ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਓਕੇ, ਸਭਨਾਂ ਨੇ, ਸਭਨਾਂ ਵਿੱਚ ਮੈਂ ਵੀ ਹਾਂ ਅਤੇ ਤੁਸੀਂ ਵੀ ਹੋ ਅਤੇ ਪੂਰਾ ਸੰਸਾਰ ਹੈ, ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਜਲਾਲ ਤੋਂ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਉਹਦਾ ਕਾਰਨ ਕੀ ਬਣ ਗਿਆ, ਉਹਦੀ ਸਜ਼ਾ ਕੀ ਮਿਲੀ? 6 ਦੀ 23 ਨੂੰ ਵੀ ਪੜ੍ਹਾਂਗੇ ਅਸੀਂ। ਇਸ ਤਰ੍ਹਾਂ ਲਿਖਿਆ ਹੈ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ੀਸ਼ ਮਸੀਹ ਯੇਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ। ਹਾਲੇਲੂਯਾ। ਸੋ ਬਾਣੀ 'ਚ ਲਿਖਿਆ ਉਹ ਪਾਪ ਜਿਹੜਾ ਆਦਮ ਨੇ ਕੀਤਾ ਸੀ, ਆਪਾਂ ਸਾਰੀ ਆਦਮ ਦੀ ਸੰਤਾਨ ਹੈ, ਸਭ ਕਹਿੰਦੇ ਨੇ ਇੱਕੋ ਰੱਬ ਹੈ, ਇੱਕੋ ਹੀ ਪਰਮੇਸ਼ਰ ਹੈ, ਇੱਕੋ ਹੀ ਰੱਬ ਹੈ, ਇੱਕੋ ਨੇ ਸਾਰਾ ਕੁਛ ਰਚਿਆ, ਪਰ ਮੰਨਦਾ ਕੋਈ ਨਹੀਂ, ਫਿਰ ਉਹੀ ਧਰਮਾਂ ਦੇ ਰੌਲੇ। ਤਾਂ ਮੈਂ ਇਹ ਗੱਲ ਕਰਨਾ ਚਾਹੁੰਦਾ, ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੇ ਪ੍ਰਤਾਪ ਤੋਂ ਰਹਿ ਗਏ। ਫਿਰ ਲਿਖਿਆ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਅੱਜ ਮੌਤ ਦਾ ਛਾਇਆ ਪੂਰੇ ਸੰਸਾਰ 'ਤੇ ਹੈ, ਲੋਕ ਡਰਦੇ ਨੇ, ਮੌਤ ਤੋਂ ਭੱਜਦੇ ਨੇ। ਔਰ ਇਸ ਕਰਕੇ ਜਦੋਂ ਤੁਸੀਂ ਬਾਣੀ 'ਚ ਪੜ੍ਹਿਆ, ਪਰ ਪਰਮੇਸ਼ਰ ਦੀ ਬਖਸ਼ਿਸ਼, ਉਹਦੀ ਕਿਰਪਾ, ਉਹਦੀ ਦਇਆ
ਮਸੀਹ ਯੇਸ਼ੂ ਦੇ ਵਿੱਚ ਸਦੀਪਕ ਜੀਵਨ ਹੈ। ਹੁਣ ਇੱਕ ਪਾਸੇ ਪਾਪ ਹੈ ਜਿਹਦਾ ਕੋਈ ਵੀ ਹੱਲ ਨਹੀਂ ਹੈ, ਔਰ ਤੁਸੀਂ ਮੇਰੇ ਨਾਲ ਪਵਿੱਤਰ ਬਾਣੀ 'ਚੋਂ ਯਹੂਨਾ ਦੀ ਇੰਜੀਲ ਉਹਦਾ 3:16-17 ਤੈਨੂੰ ਵੀ ਪੜ੍ਹਨਾ। ਇਸ ਤਰ੍ਹਾਂ ਲਿਖਿਆ ਹੈ, ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ, ਤਾਂ ਜੋ ਹਰੇਕ ਜੋ ਉਸ ਉੱਤੇ ਨਿਸ਼ਚਾ ਕਰੇ ਨਾਸ਼ ਨਾ ਹੋਵੇ ਪਰ ਸਦੀਵਕ ਜੀਵਨ ਪਾਵੇ। ਅੱਗੇ, ਪਰਮੇਸ਼ਰ ਨੇ ਪੁੱਤਰ ਨੂੰ ਜਗਤ ਵਿੱਚ ਇਸ ਲਈ ਨਹੀਂ ਘੱਲਿਆ ਜੋ ਉਹ ਜਗਤ ਨੂੰ ਦੋਸ਼ੀ ਠਹਿਰਾਵੇ, ਸਗੋਂ ਇਸ ਲਈ ਜੋ ਜਗਤ ਉਹਦੇ ਰਾਹੀਂ ਬਚਾਇਆ ਜਾਵੇ। ਆਮੇਨ। ਸੋ ਜਦੋਂ ਕਹਿੰਦੇ ਨੇ ਕਿ ਜਦੋਂ ਜਦੋਂ ਗੁਰੂ ਅਵਤਾਰ ਲੈਂਦੇ ਪਾਪੀਆਂ ਦਾ ਨਾਸ਼ ਕਰਦੇ ਨੇ, ਔਰ ਜੇਕਰ ਪਾਪੀ ਦੀ ਗੱਲ ਕਰੀਏ ਤਾਂ ਬਾਣੀ ਦੇ ਮੁਤਾਬਕ ਇੱਕ ਵੀ ਧਰਮੀ ਨਹੀਂ ਸੀ, ਔਰ ਚਾਹੇ ਅਸੀਂ ਕੋਈ ਵੀ ਧਰਮ ਦੇ ਨਾਲ ਸੰਬੰਧਿਤ ਹਾਂ, ਕਿਸੇ ਜਾਤ ਦੇ ਨਾਲ, ਕਿਸੇ ਮਜ਼ਹਬ ਦੇ ਨਾਲ, ਕਿਸੇ ਭਾਖਿਆ ਜਾਂ ਫਿਰ ਕਿਸੇ ਦੇਸ਼ ਦੇ ਨਾਲ ਸੰਬੰਧਿਤ ਹੈ, ਕੋਈ ਵੀ ਧਰਮੀ ਨਹੀਂ ਹੈ, ਇੱਕ ਵੀ ਧਰਮੀ ਨਹੀਂ ਹੈ। ਔਰ ਜੇਕਰ ਅਸੀਂ ਕਹੀਏ ਕਿ ਅਸੀਂ ਪੁੰਨਦਾਨ ਕਰੀਏ ਤਾਂ ਫਿਰ ਕਿਸੇ ਨੇ ਕਿਹਾ ਅਗਰ ਤੁਸੀਂ ਪੁੰਨਦਾਨ ਕਰੋਗੇ ਜਾਂ ਤੁਸੀਂ ਆਹ ਕੰਮ ਕਰੋਗੇ ਤੁਹਾਡੇ ਪਾਪ ਘੱਟ ਜਾਣਗੇ। ਹੁਣ ਸਵਾਲ ਹੈ, ਮੈਨੂੰ ਤਾਂ ਪਤਾ ਨਹੀਂ ਮੇਰੇ ਪਾਪ ਕਿੰਨੇ ਆ ਅਤੇ ਕਿੰਨਿਆਂ 'ਚੋਂ ਕਿੰਨੇ ਘਟਣੇ ਨੇ, ਔਰ ਸਾਨੂੰ ਤਾਂ ਪਤਾ ਨਹੀਂ ਹੈ, ਪਰ ਯਿਸੂ ਮਸੀਹ ਪਾਪ ਘਟਾਉਂਦਾ ਨਹੀਂ, ਉਹ ਪਾਪ ਜੜ ਤੋਂ ਕੱਟ ਦਿੰਦਾ ਹੈ। ਆਮੇਨ ਆਮੇਨ ਆਮੇਨ। ਔਰ ਬਾਣੀ 'ਚ ਲਿਖਿਆ, ਮੈਂ ਤੁਹਾਡੇ ਪਾਪਾਂ ਨੂੰ ਪਿੱਛੇ ਛੁੱਟ ਦਿੰਦਾ, ਆਪਣੀ ਪਿੱਠ ਦੇ ਪਿੱਛੇ ਮੈਂ ਫਿਰ ਯਾਦ ਨਹੀਂ ਕਰਦਾ, ਔਰ ਫਿਰ ਇਹ ਵੀ ਲਿਖਿਆ ਕਿ ਤੁਹਾਡੀਆਂ ਬੁਰਿਆਈਆਂ ਨੂੰ ਤਾਂ ਮੈਂ ਸਮੁੰਦਰ ਵਿੱਚ ਸੁੱਟ ਦਿੰਦਾ, ਅਤੇ ਉਹ ਬੁਰਿਆਈਆਂ ਕਿੱਦਾਂ ਸਾਡੀ ਜ਼ਿੰਦਗੀ 'ਚੋਂ ਖਤਮ ਹੁੰਦੀਆਂ। ਬਾਣੀ 'ਚ ਲਿਖਿਆ, ਪਰਮੇਸ਼ਰ ਨੇ ਜਿੰਨਾ ਜਿਸ ਆਦਮੀ ਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ ਸੀ, ਉਹਦੇ ਹੱਥਾਂ ਦੀ ਰਚਨਾ ਸੀਗੀ, ਅਤੇ ਉਹ ਨਹੀਂ ਸੀ ਚਾਹੁੰਦਾ ਕਿ ਮੈਂ ਦੁਬਾਰਾ ਇਨਸਾਨ ਨੂੰ ਜਲ ਪਰਲੋ ਜਾਂ ਫਿਰ ਹੜ੍ਹ ਲਿਆ ਕੇ ਜਾਂ ਫਲੱਡ ਲਿਆ ਕੇ ਮੈਂ ਦੁਨੀਆ ਨੂੰ ਮਾਰਾਂ। ਪਰਮੇਸ਼ਰ ਦੀ ਬਾਣੀ ਵਚਨ 'ਚ ਇਹ ਵੀ ਪਰਮੇਸ਼ਰ ਕਹਿ ਰਿਹਾ, ਮੈਨੂੰ ਆਪਣੀ ਜਾਨ ਦੀ ਸੌਂ, ਮੈਂ ਕਿਸੇ ਪਾਪੀ ਇਨਸਾਨ ਦੀ ਮੌਤ 'ਤੇ ਖੁਸ਼ ਨਹੀਂ ਹੁੰਦਾ। ਪਿਆਰਿਓ, ਆਪਾਂ ਮਾਂ ਬਾਪ ਹੈ, ਆਪਣੇ ਬੱਚੇ ਜਿਨ੍ਹਾਂ ਨੂੰ ਆਪਾਂ ਜਨਮ ਦਿੱਤਾ ਹੈ, ਸਾਡਾ ਬੱਚਾ ਕੋਈ ਵੀ ਅਗਰ ਗਲਤ ਸੁਸਾਇਟੀ 'ਚ ਪੈ ਜਾਂਦਾ, ਗਲਤ ਰਾਹ ਦੇ ਵਿੱਚ ਚਲਿਆ ਜਾਂਦਾ, ਅਤੇ ਮਾਂ ਬਾਪ ਸਾਡਾ ਬੱਚਾ ਜਿੰਨਾ ਮਰਜ਼ੀ ਖਰਾਬ ਹੋ ਜਾਵੇ, ਪਰ ਮਾਂ ਬਾਪ ਦੀ ਸੋਚ ਹੁੰਦੀ ਹੈ ਕਿ ਕਿਉਂ ਨਾ ਮੇਰਾ ਬੱਚਾ ਸੁਧਰ ਜਾਵੇ, ਕਿਉਂ ਨਾ ਮੇਰਾ ਬੱਚਾ ਠੀਕ ਹੋ ਜਾਵੇ। ਉਹ ਧਾਰਮਿਕ ਸਥਾਨਾਂ 'ਤੇ ਜਾ ਕੇ ਅਰਦਾਸਾਂ ਕਰਦੇ ਨੇ, ਕਰਾਉਂਦੇ ਨੇ, ਰੱਬ ਦੇ ਸੇਵਕਾਂ ਕੋ ਆਉਂਦੇ, ਅਰਦਾਸਾਂ ਕਰਾਉਂਦੇ ਅਤੇ ਕਰਦੇ ਨੇ, ਔਰ ਪਰ ਕਿਉਂਕਿ ਸੁਭਾਅ ਦੇ ਵਿੱਚ ਬੁਰਿਆਈ ਹੈ, ਉਹ ਖਤਮ ਨਹੀਂ ਹੋ ਸਕਦੀ, ਅਤੇ ਨਾਲ ਨਾਲ ਜੇਕਰ ਅਸੀਂ ਦੁਨਿਆਵੀ ਮਾਂ ਬਾਪ ਆਪਾਂ ਇਹ ਸੋਚਦੇ ਹਾਂ ਸਾਡੇ ਬੱਚੇ ਦਾ ਨਾਸ਼ ਨਾ ਹੋਵੇ, ਤਾਂ ਫਿਰ ਉਹ ਸਵਰਗੀ ਪਿਤਾ ਜਿਹਨੇ ਆਪਣੇ ਹੱਥੀਂ ਸਾਨੂੰ ਬਣਾਇਆ ਔਰ ਸਾਡੀ ਰਚਨਾ ਕੀਤੀ, ਉਹ ਵੀ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ। ਪਰ ਉਹਦਾ ਹੱਲ ਪਰਮੇਸ਼ਰ ਨੇ ਜ਼ਰੂਰ ਕੱਢਿਆ। ਤਦ ਆਪਾਂ ਨੇ ਬਾਣੀ 'ਚ ਹੁਣ ਪੜ੍ਹਿਆ, ਕਿਉਂਕਿ ਪਰਮੇਸ਼ਰ ਨੇ ਜਗਤ ਦੇ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਯਾਨੀ ਯਿਸੂ ਮਸੀਹ ਦੇ ਦਿੱਤਾ, ਤਾਂ ਜੋ ਹਰੇਕ ਜੋ ਕੋਈ ਵੀ ਉਸ ਉੱਤੇ ਨਿਸ਼ਚਾ ਕਰੇ ਉਹ ਨਾਸ਼ ਨਾ ਹੋਵੇ ਪਰ ਸਦਾ ਦੀ ਜ਼ਿੰਦਗੀ ਪਾਵੇ। ਆਮੇਨ ਹਾਲੇਲੂਇਆ। ਹੁਣ ਹੈ, ਜੋ ਕੋਈ ਵੀ ਧਰਮ ਦੇ ਨਾਲ ਸੰਬੰਧਿਤ ਹੈ, ਜਾਤ ਪਾਤ ਭਾਸ਼ਾ ਜਿਹੜੇ ਵੀ ਆ, ਜੋ ਕੋਈ ਵੀ ਯਿਸੂ ਦੇ ਉੱਪਰ ਵਿਸ਼ਵਾਸ ਕਰੇਗਾ
ਉਹ ਨਾਸ਼ ਨਹੀਂ ਹੁੰਦਾ ਪਰ ਸਦਾ ਦੀ ਜ਼ਿੰਦਗੀ ਪਾਉਂਦਾ। ਆਮੇਨ। ਔਰ ਇਹਦੇ ਨਾਲ ਨਾਲ ਫਿਰ ਲਿਖਿਆ ਪਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਇਸ ਕਰਕੇ ਸੰਸਾਰ 'ਚ ਨਹੀਂ ਭੇਜਿਆ ਕਿ ਉਹ ਜਗਤ ਨੂੰ ਦੋਸ਼ੀ ਠਹਿਰਾਵੇ, ਪਰ ਇਸ ਕਰਕੇ ਭੇਜਿਆ ਕਿ ਜਗਤ ਯਿਸੂ ਦੇ ਦੁਆਰਾ ਬਚਾਇਆ ਜਾਵੇ। ਪਿਆਰਿਓ, ਪਾਪ ਦੀ ਸਜ਼ਾ ਜਿਹੜੀ ਮੌਤ ਹੈ, ਔਰ ਇਸ ਕਰਕੇ ਪਾਪ ਜਿਹੜਾ ਹੈ ਸਾਨੂੰ ਪਲ ਪਲ 'ਤੇ ਦੋਸ਼ੀ ਠਹਿਰਾਉਂਦਾ ਹੈ। ਪਾਪ ਦੀ ਲਿਸਟ ਬਣਾਈਏ ਬੜੀ ਵੱਡੀ ਬਣਦੀ ਹੈ, ਪਰ ਉਹਦੇ ਨਾਲ ਨਾਲ ਮੈਂ ਇੱਕ ਗੱਲ ਕਰਨਾ ਚਾਹੁੰਦਾ। ਪਾਪ ਦੀ ਪਰਿਭਾਸ਼ਾ ਨੂੰ ਹੋਰ ਤਰੀਕੇ ਨਾਲ ਅਗਰ ਲਿਆ ਜਾਵੇ ਤਾਂ ਜਿੱਦਾਂ ਇੱਕ ਇਨਸਾਨ ਪਾਣੀ 'ਚ ਡੁੱਬਦਾ ਅਤੇ ਬਾਕੀ ਸਾਰੇ ਲੋਕ ਉਹ ਸਲਾਹਾਂ ਦਿੰਦੇ ਬਾਹਰ ਖੜ੍ਹੇ ਹੋ ਕੇ ਕਿ ਤੂੰ ਇੱਦਾਂ ਹੱਥ ਮਾਰ, ਤੂੰ ਇੱਦਾਂ ਪੈਰ ਮਾਰ, ਫਿਰ ਤੂੰ ਬਾਹਰ ਆ ਜਾਏਗਾ। ਜੇਕਰ ਉਹਨੂੰ ਹੱਥ ਪੈਰ ਮਾਰਨੇ ਆਉਂਦੇ ਹੋਣ ਤਾਂ ਫਿਰ ਸਾਨੂੰ ਉਹਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ, ਉਹ ਆਪਣੇ ਆਪ ਬਾਹਰ ਆ ਸਕਦਾ। ਉਹਨੂੰ ਜ਼ਰੂਰਤ ਹੈ ਕੋਈ ਆਪਣੀ ਜਾਨ ਜੋਖਮ ਵਿੱਚ ਪਾ ਕੇ ਔਰ ਉਹਨੂੰ ਉਸ ਸੇਫ ਤਰੀਕੇ ਦੇ ਨਾਲ ਉਹਨੂੰ ਬਾਹਰ ਕੱਢ ਕੇ ਲੈ ਕੇ ਆਵੇ। ਇਹ ਕੰਮ ਪ੍ਰਭੂ ਯਿਸੂ ਜੀ ਨੇ ਕੀਤਾ। ਆਮੇਨ, ਹਾਲੇਲੂਇਆ। ਪ੍ਰਭੂ ਯਿਸੂ ਜੀ ਅੱਜ ਤੋਂ 2024 ਸਾਲ ਪਹਿਲਾਂ ਸਨ ਈਸਵੀ ਜਿਹੜੀ ਈਸਾ ਤੋਂ ਸ਼ੁਰੂ ਹੁੰਦੀ ਹੈ, ਔਰ ਉਹ ਮਾਨਵ ਜਾਤੀ ਦੇ ਪਾਪਾਂ ਦੇ ਬਦਲੇ ਇਸ ਸੰਸਾਰ ਵਿੱਚ ਆਏ, ਔਰ ਪ੍ਰਭੂ ਯਿਸੂ ਮਸੀਹ ਨੇ ਉਸ ਸਮੇਂ ਚਿੰਨ ਚਮਤਕਾਰ ਕੰਮ ਕੀਤੇ। ਉਦਾਹਰਣ ਦੇ ਤੌਰ 'ਤੇ 4-4 ਦਿਨਾਂ ਦੇ ਮਰੇ ਹੋਏ ਨੂੰ ਜ਼ਿੰਦਾ ਕੀਤਾ, ਅੰਨਿਆਂ ਦੀਆਂ ਅੱਖਾਂ ਨੂੰ ਖੋਲ੍ਹਿਆ, ਲੰਗੜਿਆਂ ਨੂੰ ਚਲਾਇਆ, ਭੂਤਾਂ ਪ੍ਰੇਤਾਂ ਦੇ ਸਤਾਏ ਲੋਕਾਂ ਨੂੰ ਚੰਗਾ ਕੀਤਾ, ਜਿਹੜੇ ਕੋੜੀ ਸਨ ਉਹਨਾਂ ਨੂੰ ਸ਼ੁੱਧ ਕੀਤਾ, ਅਤੇ ਜਿਹੜੇ ਗੁੰਗੇ ਸੀ ਉਹਨਾਂ ਨੂੰ ਬੋਲਣ ਦੀ ਤਾਕਤ ਦਿੱਤੀ, ਜਿਹੜੇ ਬਹਿਰੇ ਸਨ ਉਹਨਾਂ ਨੂੰ ਸੁਣਨ ਦੀ ਸ਼ਕਤੀ ਦੇ ਦਿੱਤੀ, ਅਤੇ ਨਾਲ ਨਾਲ ਜਿਨ੍ਹਾਂ ਨੂੰ ਕੋਈ ਪਿਆਰ ਨਹੀਂ ਸੀ ਕਰਦਾ ਯਿਸੂ ਨੇ ਉਹਨਾਂ ਨੂੰ ਗਲ ਦੇ ਨਾਲ ਲਾਇਆ। ਔਰ ਇਸ ਕਰਕੇ ਜਿਹੜਾ ਹੱਲ ਸੀਗਾ ਉਹ ਪ੍ਰਭੂ ਯਿਸੂ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਦੇ ਬਦਲੇ ਦੇ ਦਿੱਤਾ, ਸਾਡੇ ਪਾਪਾਂ ਦੇ ਬਦਲੇ ਕੁਰਬਾਨ ਕੀਤਾ। ਉਹਨਾਂ ਦੇ ਹੱਥਾਂ ਔਰ ਪੈਰਾਂ ਵਿੱਚ ਕਿੱਲ ਠੁੱਕ ਗਏ, ਉਹਨਾਂ ਦੀ ਪਸਲੀ 'ਚ ਭਾਲਾ ਵਰਸ਼ਾ ਮਾਰਿਆ ਗਿਆ, ਉਹਨਾਂ ਦੇ ਮੂੰਹ 'ਤੇ ਥੁੱਕਿਆ ਗਿਆ, ਉਹਨਾਂ ਦੀ ਦਾੜੀ ਪੁੱਟੀ ਗਈ, ਉਹਨਾਂ ਦੇ ਸਿਰ 'ਤੇ ਜ਼ਹਿਰੀਲੇ ਕੰਡਿਆਂ ਦਾ ਤਾਜ ਰੱਖਿਆ ਗਿਆ। ਪਵਿੱਤਰ ਬਾਣੀ 'ਚ ਲਿਖਿਆ ਕਿ ਉਹਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀਗਾ ਸਾਡੀ ਖਾਤਰ ਪਾਪ ਠਹਿਰਾਇਆ, ਯਾਨੀ ਪਰਮੇਸ਼ਰ ਨੇ ਯਿਸੂ ਨੂੰ ਜਿਹਦੇ ਵਿੱਚ ਪਾਪ ਦਾ ਸੁਭਾਅ ਨਹੀਂ ਸੀਗਾ, ਕਿਉਂਕਿ ਪ੍ਰਭੂ ਯਿਸੂ ਨੂੰ ਜਿਸ ਆਦਮੀ ਨੇ ਫੜਵਾਇਆ ਉਹ ਵੀ ਕਹਿੰਦਾ ਮੈਂ ਪਾਪ ਕੀਤਾ ਜੋ ਨਿਰਦੋਸ਼ ਜਿੰਦ ਨੂੰ ਫੜਵਾਇਆ। ਪਿਲਾਤੁਸ ਰਾਜਾ ਜਿਹੜਾ ਯਿਸੂ ਮਸੀਹ ਦਾ ਨਿਆਂ ਕਰਨ ਵਾਲਾ ਸੀ ਉਹ ਵੀ ਸਾਰਿਆਂ ਦੇ ਸਾਹਮਣੇ ਹੱਥ ਧੋਂਦਾ ਅਤੇ ਕਹਿੰਦਾ ਮੈਂ ਯਿਸੂ ਦੇ ਵਿੱਚ ਕੋਈ ਵੀ ਗੁਨਾਹ ਨਹੀਂ ਦੇਖਦਾ। ਤਦ ਇਹਦੇ ਨਾਲ ਨਾਲ ਪ੍ਰਭੂ ਯਿਸੂ ਨੇ ਵੀ ਕਿਹਾ ਕੌਣ ਹੈ ਤੁਹਾਡੇ ਵਿੱਚੋਂ ਜੋ ਮੇਰੇ ਉੱਪਰ ਗੁਨਾਹ ਸਾਬਤ ਕਰ ਸਕਦਾ। ਸੋ ਯਿਸੂ ਨਿਰਦੋਸ਼ ਸੀਗਾ, ਪਾਪ ਤੋਂ ਰਹਿਤ ਸੀਗਾ। ਜਿਹੜਾ ਪਾਪ ਤੋਂ ਰਹਿਤ ਸੀਗਾ ਉਹੀ ਸਾਨੂੰ ਪਾਪਾਂ ਤੋਂ ਆਜ਼ਾਦ ਕਰ ਸਕਦਾ, ਉਹੀ ਸਾਨੂੰ ਪਾਪਾਂ ਤੋਂ ਛੁਟਕਾਰਾ ਦੇ ਸਕਦਾ। ਇਸ ਕਰਕੇ ਪਿਆਰਿਓ, ਪਰਮੇਸ਼ਰ ਦੇ ਲੋਗੋ, ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ। ਉਹਨੇ ਕਿਹਾ ਮੈਨੂੰ ਆਪਣੀ ਜਾਨ ਦੀ ਸੌਂ, ਮੈਂ ਕਿਸੇ ਪਾਪੀ ਇਨਸਾਨ ਦੀ ਮੌਤ 'ਤੇ ਖੁਸ਼ ਨਹੀਂ ਹੁੰਦਾ। ਉਹ ਚਾਹੁੰਦਾ ਕਿ ਫਿਰ ਸਾਨੂੰ ਉਹ ਮੌਕਾ ਦਿੰਦਾ, ਸਾਡੇ ਪੁੰਨ ਦੇ ਕੰਮ ਸਾਨੂੰ ਪਾਪਾਂ ਤੋਂ ਛੁਟਕਾਰਾ ਨਹੀਂ ਦਵਾ ਸਕਦੇ। ਜ਼ਰੂਰਤ ਸੀ ਕੋਈ ਕਿਸੇ ਲਈ ਕੁਰਬਾਨ ਹੋਵੇ। ਇੱਕ ਦਿਨ ਦੀ ਗੱਲ ਹੈ, ਇੱਕ ਰੱਬ ਦਾ ਸੇਵਕ ਬੱਸ ਵਿੱਚ ਬੈਠਾ ਹੋਇਆ ਅਤੇ ਅਚਾਨਕ ਹੀ ਉਹ ਪ੍ਰਭੂ ਯਿਸੂ ਦੀ ਜੀਵਨੀ ਦੇ ਉਹਦੇ ਮੌਤ ਦੀਆਂ ਗੱਲਾਂ ਨੂੰ ਉਹਦੇ ਦਿਮਾਗ 'ਚ ਆਇਆ ਅਤੇ ਉਹਨੇ ਰੋਣਾ ਸ਼ੁਰੂ ਕਰ ਦਿੱਤਾ। ਇੱਕ ਭੈਣ ਉਹਦੇ ਨਾਲ ਬੈਠੀ, ਉਹਦੇ ਮੂੰਹ ਵੱਲ ਦੇਖ ਕੇ ਕਹਿੰਦੀ
ਕਿ ਤੇਰਾ ਕੋਈ ਮਰ ਗਿਆ ਹੈ ਜਿਹੜਾ ਤੂੰ ਰੋਂਦਾ ਹੈ? ਉਹ ਕਹਿੰਦਾ ਭੈਣ ਮੇਰਾ ਨਹੀਂ ਕੋਈ ਮਰਿਆ, ਮੇਰੇ ਲਈ ਕੋਈ ਮਰ ਗਿਆ ਹੈ। ਮੈਂ ਉਹਦੇ ਲਈ ਮੈਂ ਉਹਦਾ ਧੰਨਵਾਦ ਕਰਦਾ ਪ੍ਰਭੂ ਯਿਸੂ ਦਾ ਜਿਹਨੇ ਮੈਨੂੰ ਪਾਪਾਂ ਤੋਂ ਛੁਟਕਾਰਾ ਦਿੱਤਾ। ਛੁਟਕਾਰਾ ਕਿੱਦਾਂ ਮਿਲਦਾ ਹੈ ਔਰ ਉਹਦਾ ਕੀ ਕਰਨਾ ਹੈ? ਪਹਿਲੀ ਗੱਲ, ਇੱਥੇ ਕੋਈ ਧਰਮ ਮਜ਼ਹਬ ਦੀ ਗੱਲ ਨਹੀਂ ਹੈ, ਇੱਥੇ ਰੱਬ ਨਾਲ ਟੁੱਟੇ ਹੋਏ ਰਿਸ਼ਤੇ ਦੀ ਮੈਂ ਗੱਲ ਕਰਨਾ ਚਾਹੁੰਦਾ ਹਾਂ। ਇੱਥੇ ਕੋਈ ਕ੍ਰਿਸਚਨ ਕੋਈ ਧਰਮ ਨਹੀਂ ਹੈ, ਈਸਾਈ ਸ਼ਬਦ ਬਾਈਬਲ ਦੇ ਵਿੱਚ ਨਹੀਂ ਹੈ ਔਰ ਕੋਈ ਈਸਾਈ ਕੋਈ ਧਰਮ ਨਹੀਂ ਹੈ, ਪਰ ਮੈਂ ਉਹ ਰੱਬ ਦੇ ਨਾਲ ਜਿਹੜਾ ਆਦਮ ਨੇ ਦੇ ਦੁਆਰਾ ਤੋੜਿਆ ਹੋਇਆ ਰਿਸ਼ਤਾ ਸੀਗਾ, ਉਹੀ ਰਿਸ਼ਤਾ ਫਿਰ ਪਰਮੇਸ਼ੁਰ ਪ੍ਰਭੂ ਯਿਸੂ ਜੀ ਦੇ ਦੁਆਰਾ ਉਹ ਫਿਰ ਪਰਮੇਸ਼ੁਰ ਜੋੜਨਾ ਚਾਹੁੰਦਾ ਹੈ। ਪਹਿਲੇ ਸਮੇਂ ਵਿੱਚ ਲਿਖਿਆ ਕਿ ਲੋਕ ਜਾਜਕ ਲੋਕ ਆਉਂਦੇ ਸੀ, ਲੋਕਾਂ ਦੀਆਂ ਪਾਪਾਂ ਦੀਆਂ ਕੁਰਬਾਨੀਆਂ ਲੈ ਕੇ ਜਾਂਦੇ ਸਨ ਤਾਂ ਕਿ ਜਿਹੜਾ ਪਰਮੇਸ਼ੁਰ ਦਾ ਕ੍ਰੋਧ ਨਾ ਭੜਕੇ। ਪਰ ਪ੍ਰਭੂ ਯਿਸੂ ਜੋ ਪਵਿੱਤਰ ਸੀ, ਪਰਮੇਸ਼ੁਰ ਨੇ ਪਵਿੱਤਰ ਕੁਰਬਾਨੀ ਦੇ ਕੇ ਆਪਣੇ ਪੁੱਤਰ ਦੀ ਜੋ ਕੁਛ ਉਹ ਜਾਇਦਾਦ ਸੀ ਪਰਮੇਸ਼ੁਰ ਕੋਲ, ਉਹਨੇ ਸਾਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ। ਅਤੇ ਹੁਣ ਅਸੀਂ ਕਹਿ ਸਕਦੇ ਹਾਂ, ਬਾਣੀ 'ਚ ਲਿਖਿਆ, ਪਰ ਜੇ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫ਼ਾਦਾਰ, ਯਾਨੀ ਪਰਮੇਸ਼ੁਰ ਪ੍ਰਭੂ ਯਿਸੂ ਵਫ਼ਾਦਾਰ ਅਤੇ ਧਰਮੀ ਹੈ, ਭਾਈ ਸਾਡੇ ਪਾਪ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਬਚਾਵੇ, ਸ਼ੁੱਧ ਕਰੇ। ਫਿਰ ਲਿਖਿਆ, ਇਸ ਲਈ ਤੌਬਾ ਕਰੋ ਅਤੇ ਮੁੜੋ, ਭਾਈ ਤੁਹਾਡੇ ਪਾਪ ਮਿਟਾਏ ਜਾਣ ਅਤੇ ਪ੍ਰਭੂ ਦੇ ਹਜ਼ੂਰੋਂ ਘਰ ਤੁਹਾਡੇ ਘਰ ਦੇ ਉੱਪਰ ਸੁੱਖ ਦੇ ਦਿਨ ਆਉਣ। ਇਸ ਕਰਕੇ ਮੈਂ ਰੱਬ ਦਾ ਧੰਨਵਾਦ ਕਰਦਾ। ਤੋ ਇਸ ਕਰਕੇ ਪਾਪ ਔਰ ਪੁੰਨ ਬਾਰੇ ਸੁਣਿਆ ਤੁਸੀਂ, ਪਰ ਪਾਪ ਔਰ ਮਾਫ਼ੀ ਬਾਰੇ ਕਿਸੇ ਕੋਲ ਨਹੀਂ ਸੁਣਿਆ। ਪਾਪ ਅਤੇ ਮਾਫ਼ੀ ਜਿਹੜੀ ਹੈ ਪ੍ਰਭੂ ਦੀ ਪਵਿੱਤਰ ਬਾਣੀ 'ਚੋਂ ਆਪਾਂ ਨੇ ਦੇਖਿਆ ਹੈ। ਅਗਰ ਪਰਮੇਸ਼ੁਰ ਜਿੱਦਾਂ ਉਹਨੇ ਜਲ ਪਰਲੋ ਲਿਆ ਕੇ ਦੁਨੀਆ ਦਾ ਨਾਸ਼ ਕੀਤਾ, ਇੱਦਾਂ ਪਰਮੇਸ਼ੁਰ ਆਉਣ ਵਾਲੇ ਸਮੇਂ 'ਚ ਜੇਕਰ ਇਨਸਾਨ ਸੱਚੀ ਤੌਬਾ ਕਰਕੇ ਪ੍ਰਭੂ ਯਿਸੂ ਦੇ ਉੱਪਰ ਵਿਸ਼ਵਾਸ ਕਰਕੇ ਆਪਣੀਆਂ ਗਲਤੀਆਂ ਮੰਨ ਕੇ ਔਰ ਪਰਮੇਸ਼ੁਰ ਦੇ ਪਿੱਛੇ ਨਹੀਂ ਚੱਲਦਾ ਤਾਂ ਉਹ ਸਮਾਂ ਆਵੇਗਾ, ਭਿਆਨਕ ਸਮਾਂ। ਕੋਵਿਡ ਤੁਸੀਂ ਦੇਖ ਲਿਆ ਹੈ, ਪਰ ਕੋਵਿਡ ਤੋਂ ਵੀ ਭਿਆਨਕ ਸਮਾਂ ਆਏਗਾ ਜਦੋਂ ਅੱਗ ਅਤੇ ਗੰਧਕ ਅਸਮਾਨ ਤੋਂ ਗਿਰੀ ਗਈ ਔਰ ਲੋਕ ਖੜ੍ਹੇ ਖੜ੍ਹੇ ਪਿਘਲ ਜਾਣਗੇ। ਪਰ ਉਹ ਦਿਨ ਰੱਬ ਨਾ ਸਾਨੂੰ ਦਿਖਾਵੇ, ਅਤੇ ਤੁਹਾਡੇ ਕੋਲ ਮੌਕਾ ਹੈ, ਚਾਂਸ ਹੈ ਕਿ ਆਪਣੇ ਸੱਚੇ ਪਰਮੇਸ਼ੁਰ ਦੇ ਅੱਗੇ ਆਪਣੀਆਂ ਗਲਤੀਆਂ ਨੂੰ ਮੰਨੀਏ ਅਤੇ ਕਹਿਣ ਦੀ ਜ਼ਰੂਰਤ ਹੈ, ਪ੍ਰਭੂ ਮੈਂ ਪਾਪੀ ਹਾਂ, ਮੇਰੇ ਪਾਪਾਂ ਨੂੰ ਮਾਫ਼ ਕਰ ਦਿਓ, ਮੈਂ ਆਪਣੇ ਦਿਲ ਦਾ ਦਰਵਾਜ਼ਾ ਤੁਹਾਡੇ ਲਈ ਖੋਲ੍ਹਦਾ ਹਾਂ, ਮੇਰੇ ਦਿਲ ਵਿੱਚ ਆ ਜਾਓ, ਮੇਰੀਆਂ ਗਲਤੀਆਂ ਨੂੰ ਮਾਫ਼ ਕਰੋ, ਅਤੇ ਮੇਰਾ ਯਿਸੂ ਜਿਹਨੂੰ ਪਾਪ ਮਾਫ਼ ਕਰਨ ਦਾ ਅਧਿਕਾਰ ਹੈ ਉਹ ਤੁਹਾਡੇ ਪਾਪਾਂ ਨੂੰ ਮਾਫ਼ ਕਰ ਸਕਦਾ ਅਤੇ ਤੁਹਾਨੂੰ ਫਿਰ ਉਹ ਪਾਪੀ ਤੋਂ ਫਿਰ ਉਹ ਧਰਮੀ ਬਣਾ ਸਕਦਾ ਹੈ। ਕਿਉਂਕਿ ਜਿਹੜੇ ਪ੍ਰਭੂ ਯਿਸੂ 'ਤੇ ਵਿਸ਼ਵਾਸ ਕਰਕੇ ਉਹਨਾਂ ਦੇ ਪਿੱਛੇ ਚੱਲਦੇ ਨੇ ਅਤੇ ਉਹਨਾਂ ਦੇ ਪਾਪ ਘੱਟਦੇ ਨਹੀਂ, ਘੱਟ ਦਿੰਦਾ ਯਿਸੂ ਮਸੀਹ। ਅਤੇ ਫਿਰ ਸਾਨੂੰ ਆਪਣੇ ਪਵਿੱਤਰ ਲਹੂ ਦੇ ਨਾਲ ਸ਼ੁੱਧ ਕਰਕੇ ਸਾਨੂੰ ਧਰਮੀ ਬਣਾ ਦਿੰਦਾ। ਇਸ ਕਰਕੇ ਅੱਜ ਅਸੀਂ ਫਕਰ ਨਾ ਕਹਿ ਸਕਦੇ ਹਾਂ ਕਿ ਅਸੀਂ ਧਰਤੀ ਉੱਪਰ ਰਹਿੰਦੇ ਹੋਏ ਵੀ ਸਵਰਗਵਾਸੀ ਹਾਂ। ਕਿਉਂਕਿ ਇੱਕ ਪਾਪੀ ਇਨਸਾਨ ਜਦੋਂ ਤੌਬਾ ਕਰਦਾ, ਆਪਣੇ ਪਾਪਾਂ ਦਾ ਪਛਤਾਪ ਕਰਦਾ, ਤਾਂ ਸਵਰਗ ਵਿੱਚ ਉਹਦਾ ਨਾਮ ਜਿਹੜਾ ਲਿਖਿਆ ਜਾਂਦਾ, ਸਵਰਗ ਦੀ ਕਿਤਾਬ ਵਿੱਚ ਉਹਦਾ ਨਾਮ ਲਿਖਿਆ ਜਾਂਦਾ। ਇਸ ਕਰਕੇ ਅਸੀਂ ਧਰਤੀ ਉੱਪਰ ਰਹਿੰਦੇ ਹੋਏ ਅਸੀਂ ਸਵਰਗਵਾਸੀ ਹਾਂ। ਇਸ ਕਰਕੇ ਅੱਜ ਤੁਹਾਡੇ ਕੋਲ ਮੌਕਾ ਹੈ ਕਿ ਆਪਣੇ ਸੱਚੇ ਪਰਮੇਸ਼ੁਰ ਦੇ ਅੱਗੇ ਆਪਣੇ ਪਾਪਾਂ ਦਾ ਇਕਰਾਰ ਕਰਕੇ ਉਹਦੇ ਪਿੱਛੇ ਚੱਲਣ ਦੇ ਲਈ, ਅਤੇ ਪਰਮੇਸ਼ੁਰ ਤੁਹਾਡੀ ਸਹਾਇਤਾ ਕਰ ਸਕਦਾ ਹੈ। ਔਰ ਇਸ ਪਵਿੱਤਰ ਬਾਣੀ ਵਚਨ ਨੂੰ ਜੋ ਆਪਾਂ ਨੇ ਪੜ੍ਹਿਆ ਹੈ, ਅਤੇ ਮੈਂ ਬੇਨਤੀ ਕਰਾਂਗਾ ਕਿ ਰੱਬ ਦੇ ਦਾਸ ਤੁਹਾਡੇ ਨਾਲ ਹਰ
ਜਿਹੜਾ ਵੀ ਸੋਮਵਾਰ ਆਉਂਦੇ ਨੇ ਤਾਂ ਤੁਸੀਂ ਇਹਨਾਂ ਦਾ ਫੋਨ ਨੰਬਰ ਵੀ ਲੈ ਸਕਦੇ ਹੋ, ਇਹਨਾਂ ਨੂੰ ਕੰਟੈਕਟ ਕਰ ਸਕਦੇ ਹਾਂ। ਅਗਰ ਕੋਈ ਇਸ ਪ੍ਰੋਗਰਾਮ ਦੇ ਲਈ ਕੋਈ ਹੈਲਪ ਕਰਨਾ ਚਾਹੁੰਦਾ ਤਾਂ ਤੁਹਾਡੇ ਕੋਲ ਅੱਛਾ ਮੌਕਾ ਹੈ ਕਿ ਤੁਸੀਂ ਹੈਲਪ ਕਰ ਸਕਦੇ ਹੋ। ਪਰਮੇਸ਼ੁਰ ਤੁਹਾਡੀ ਮਦਦ ਕਰੇ। ਉਸ ਤੋਂ ਬਾਅਦ ਆਪਾਂ ਪ੍ਰਾਰਥਨਾ ਵੀ ਕਰਾਂਗੇ ਜੀ। ਆਓ ਅਸੀਂ ਪ੍ਰਾਰਥਨਾ ਕਰੀਏ, ਪਰ ਉਸ ਤੋਂ ਪਹਿਲਾਂ ਆਪਾਂ ਇੱਕ ਅਰਦਾਸ ਕਰਨੀ ਹੈ। ਅਰਦਾਸ ਕਿਹੜੀ ਹੈ? ਆਪਣੀਆਂ ਗਲਤੀਆਂ ਨੂੰ ਪਰਮੇਸ਼ੁਰ ਦੇ ਅੱਗੇ ਮੰਨਣਾ, ਆਪਣੇ ਪਾਪਾਂ ਦਾ ਇਕਰਾਰ ਕਰਨਾ, ਅਤੇ ਮੇਰੇ ਪਿੱਛੇ ਜ਼ਰੂਰ ਇਹ ਅਰਦਾਸ ਕਰੀਏ। ਬੋਲੀਏ, ਪ੍ਰਭੂ ਯਿਸੂ ਜੀ, ਮੈਂ ਤੁਹਾਡਾ ਧੰਨਵਾਦ ਕਰਦਾ ਜਾਂ ਕਰਦੀ ਹਾਂ। ਪ੍ਰਭੂ ਯਿਸੂ ਜੀ, ਮੈਂ ਤੁਹਾਡੀ ਇਸ ਪਵਿੱਤਰ ਬਾਣੀ ਨੂੰ ਸੁਣਿਆ ਅਤੇ ਮੈਂ ਮਹਿਸੂਸ ਕੀਤਾ ਮੈਂ ਇੱਕ ਪਾਪੀ ਹਾਂ, ਤੁਸੀਂ ਮੇਰੇ ਪਾਪਾਂ ਨੂੰ ਮਾਫ਼ ਕਰ ਦਿਓ। ਮੈਂ ਆਪਣੇ ਦਿਲ ਦਾ ਦਰਵਾਜ਼ਾ ਤੁਹਾਡੇ ਲਈ ਖੋਲ੍ਹਦਾ ਹਾਂ, ਤੁਹਾਡੇ ਲਈ ਖੋਲ੍ਹਦੀ ਹਾਂ। ਮੇਰੇ ਦਿਲ ਵਿੱਚ ਆ ਜਾਓ, ਮੇਰੀਆਂ ਗਲਤੀਆਂ ਨੂੰ ਮਾਫ਼ ਕਰ ਦਿਓ। ਪ੍ਰਭੂ ਯਿਸੂ ਜੀ, ਮੈਂ ਪਾਪੀ ਹਾਂ, ਮੈਂ ਆਪਣੇ ਪਾਪਾਂ ਨੂੰ ਮੰਨਦਾ ਹਾਂ ਜਾਂ ਮੰਨਦੀ ਹਾਂ। ਮੈਂ ਸੱਚੇ ਦਿਲ ਤੋਂ ਤੁਹਾਨੂੰ ਅੱਜ ਤੋਂ ਆਪਣਾ ਪ੍ਰਭੂ ਕਰਕੇ ਮੰਨਦਾ ਜਾਂ ਮੰਨਦੀ ਹਾਂ। ਪ੍ਰਭੂ ਯਿਸੂ ਜੀ, ਮੇਰੇ ਦਿਲ ਵਿੱਚ ਆ ਜਾਓ, ਮੇਰੀਆਂ ਗਲਤੀਆਂ ਨੂੰ ਮਾਫ਼ ਕਰ ਦਿਓ। ਪ੍ਰਭੂ ਯਿਸੂ, ਮੇਰੇ ਵਿਸ਼ਵਾਸ ਨੂੰ ਵਧਾਓ ਤਾਂ ਕਿ ਮੈਂ ਤੁਹਾਡੇ ਪਿੱਛੇ ਚੱਲ ਸਕਾਂ। ਮੇਰੀ ਮਦਦ ਕਰਨਾ, ਸਹਾਇਤਾ ਕਰਨਾ। ਪਿਤਾ ਪਰਮੇਸ਼ੁਰ ਜੀ, ਮੈਂ ਅੱਜ ਤੁਹਾਡੇ ਨਾਲ ਵਾਅਦਾ ਕਰਦਾ ਜਾਂ ਕਰਦੀ ਹਾਂ ਕਿ ਮੈਂ ਜੀਵਨ ਭਰ ਤੁਹਾਡੇ 'ਤੇ ਵਿਸ਼ਵਾਸ ਕਰਕੇ ਤੁਹਾਡੇ ਪਿੱਛੇ ਚੱਲਾਂਗਾ ਜਾਂ ਚੱਲਾਂਗੀ। ਮੇਰੀ ਮਦਦ ਕਰੋ, ਮੇਰੀ ਸਹਾਇਤਾ ਕਰੋ, ਮੇਰੇ ਗੁਨਾਹਾਂ ਨੂੰ ਮਾਫ਼ ਕਰ ਦਿਓ। ਇਹ ਪ੍ਰਾਰਥਨਾ ਪ੍ਰਭੂ ਯਿਸੂ ਜੀ ਦੇ ਨਾਮ ਵਿੱਚ ਮੰਗਦੇ ਹਾਂ। ਆਮੀਨ। ਹੁਣ ਸਾਡੇ ਕੋਲ ਸਮਾਂ ਹੈ ਕਿ ਅਸੀਂ ਕੁਛ ਜਿਹੜੇ ਵਿਸ਼ੇ ਦੇ ਲਈ ਪ੍ਰਾਰਥਨਾਵਾਂ ਕਰਾਂਗੇ, ਔਰ ਪਰਮੇਸ਼ੁਰ ਹੈ ਜਿਹੜਾ ਤੁਹਾਨੂੰ ਦਇਆ ਕਰ ਸਕਦਾ, ਕਿਰਪਾ ਕਰ ਸਕਦਾ ਹੈ। ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਜੇਕਰ ਤੁਸੀਂ ਕਰ ਸਕਦੇ ਹੋ, ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਸਕਦਾ। ਵਿਸ਼ਵਾਸ ਪ੍ਰਭੂ ਯਿਸੂ ਦੇ ਉੱਪਰ ਜਦੋਂ ਕਰਦੇ ਹਾਂ, ਜਿੱਦਾਂ ਯਿਸੂ ਨੇ 2024 ਸਾਲ ਪਹਿਲਾਂ ਲੰਗੜਿਆਂ ਨੂੰ ਚੱਲਣ ਦੀ ਸ਼ਕਤੀ ਦਿੱਤੀ ਹੈ, ਉਹਨੇ ਅੱਜ ਮੈਨੂੰ ਚੱਲਣ ਦੀ ਤਾਕਤ ਦਿੱਤੀ ਹੈ। ਮੈਂ ਤੁਹਾਡੇ ਸਾਹਮਣੇ ਹਾਂ। ਔਰ ਇਹਦੇ ਨਾਲ ਨਾਲ ਪ੍ਰਭੂ ਯਿਸੂ ਦੇ ਨਾਂ ਦੇ ਵਿੱਚ ਜਦੋਂ ਪ੍ਰਭੂ ਯਿਸੂ ਨੇ ਮੈਨੂੰ ਆਪਣੀ ਸੇਵਾ ਲਈ ਚੁਣਿਆ, ਅਤੇ ਉਹ ਲੋਕ ਜਿਨ੍ਹਾਂ ਨੂੰ ਕੈਂਸਰ ਸੀਗਾ, ਪ੍ਰਭੂ ਯਿਸੂ ਨੇ ਕੈਂਸਰ ਦੇ ਮਰੀਜ਼ਾਂ ਨੂੰ ਠੀਕ ਕੀਤਾ, ਉਹਨਾਂ ਲੋਕਾਂ ਨੂੰ ਵੀ ਜਿਨ੍ਹਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਲੈ ਕੇ ਆਉਂਦੇ ਸੀਗੇ, ਕੋਈ ਚੰਗਾ ਨਹੀਂ ਸੀ ਕਰ ਸਕਦਾ, ਪ੍ਰਭੂ ਯਿਸੂ ਨੇ ਉਹਨਾਂ 'ਤੇ ਵੀ ਕਿਰਪਾ ਭਰਿਆ, ਹੱਥ ਰੱਖਿਆ, ਉਹ ਠੀਕ ਹੋਏ। ਅਤੇ ਨਾਲ ਨਾਲ ਉਹ ਲੋਕ ਵੀ ਜਿਨ੍ਹਾਂ ਦੇ ਘਰ ਔਲਾਦ ਨਹੀਂ ਸੀ, ਅੱਜ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਆਪਣੇ ਆਪ ਨੂੰ ਅੰਦਰੋਂ ਅੰਦਰੀ ਖਤਮ ਕਰਦੀਆਂ ਹੈ ਕਿਉਂਕਿ ਉਹਨਾਂ ਘਰ ਕੋਈ ਔਲਾਦ ਨਹੀਂ ਹੈ, ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਪ੍ਰਭੂ ਯਿਸੂ ਨੇ ਕਿਹਾ, ਮੈਨੂੰ ਪੁਕਾਰ, ਮੈਂ ਤੇਰੀ ਆਵਾਜ਼ ਨੂੰ ਸੁਣਾਂਗਾ, ਤੇਰੀ ਜ਼ਿੰਦਗੀ 'ਚ ਮੈਂ ਵੱਡੇ ਵੱਡੇ ਕੰਮ ਕਰਾਂਗਾ। ਅਤੇ ਨਾਲ ਨਾਲ ਪਰਮੇਸ਼ੁਰ ਦੀ ਪਵਿੱਤਰ ਬਾਣੀ 'ਚ ਇਹ ਵੀ ਲਿਖਿਆ ਹੈ ਕਿ ਦੇਖ, ਮੈਂ ਸਾਰੀ ਦੁਨੀਆ ਦਾ, ਸਾਰੇ ਵਸਰ ਦਾ ਯਹੋਵਾ ਪਰਮੇਸ਼ੁਰ ਹੈ, ਕੀ ਕੋਈ ਕੰਮ ਮੇਰੇ ਲਈ ਕਠਿਨ ਹੈ? ਰੱਬ ਦੇ ਲਈ ਕੋਈ ਕੰਮ ਕਠਿਨ ਨਹੀਂ ਹੈ। ਗੁਪਤ ਬਿਮਾਰੀਆਂ ਯਿਸੂ ਦੇ ਨਾਂ 'ਚ ਠੀਕ ਹੋਣਗੀਆਂ, ਔਰ ਚੈਸਟ ਪੇਨ ਹੋ ਰਿਹਾ ਕਿਸੇ ਦਾ ਸਵੇਰ ਤੋਂ, ਪ੍ਰਭੂ ਯਿਸੂ ਹੁਣੇ ਉਹਨੂੰ ਵੀ ਠੀਕ ਕਰੇਗਾ, ਔਰ ਜਿਹੜੀਆਂ ਬੰਦ ਕੁੱਖਾਂ ਪ੍ਰਭੂ ਉਹਨੂੰ ਵੀ ਖੋਲ੍ਹ ਸਕਦਾ, ਔਰ ਉਹ ਸ਼ਕਤੀ ਰੱਖਦਾ ਹੈ। ਜਿਹੜੇ ਹੱਥ ਤੁਹਾਡੇ ਖਾਲੀ ਨੇ, ਪਰਮੇਸ਼ੁਰ ਇਹਨਾਂ ਹੱਥਾਂ ਵਿੱਚ ਤਾਕਤ ਦੇਗਾ ਤਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਚੱਕ ਸਕੋ, ਖਿਡਾ ਸਕੋ। ਪਰਮੇਸ਼ੁਰ ਤੁਹਾਡੀ ਸਹਾਇਤਾ ਕਰੇਗਾ। ਆਓ ਅਸੀਂ ਪ੍ਰਾਰਥਨਾ ਕਰੀਏ।
ਪਿਆਰੇ ਪ੍ਰਭੂ ਯਿਸੂ ਜੀ ਤੁਹਾਡਾ ਧੰਨਵਾਦ ਹੋ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪਿਤਾ ਪਰਮੇਸ਼ਰ ਜੀ ਮੇਰੀ ਦੁਆ ਤੇਰੇ ਚਰਨਾਂ ਦੇ ਵਿੱਚ ਪਿਆਰੇ ਪ੍ਰਭੂ ਯਿਸੂ ਜੀ ਇਹਨਾਂ ਭੈਣਾਂ ਭਾਈਆਂ ਨੂੰ ਖਾਸ ਕਰਕੇ ਕਾਂਸੀ ਟੀਵੀ ਦੇ ਸਰੋਤਿਆਂ ਨੂੰ ਔਰ ਜਿੰਨੇ ਵੀ ਪ੍ਰਭੂ ਜੀ ਇਸ ਨੂੰ ਲਾਈਵ ਦੇਖ ਰਹੇ ਨੇ ਜਾਂ ਇਹ ਤੋਂ ਬਾਅਦ ਦੇਖਣਗੇ ਪਿਆਰੇ ਪ੍ਰਭੂ ਯਿਸੂ ਜੀ ਇਹਨਾਂ ਸਾਰਿਆਂ 'ਤੇ ਕਿਰਪਾ ਭਰਿਆ ਹੱਥ ਰੱਖ ਪਿਆਰੇ ਪ੍ਰਭੂ। ਸਾਰੀ ਚੈਸਟ ਪੇਨ ਯਿਸੂ ਦੇ ਨਾਂ ਦੇ ਵਿੱਚ ਖਤਮ ਹੋ ਜਾਏ ਪਿਆਰੇ ਪ੍ਰਭੂ। ਸਾਰੀ ਸਾਹ ਦੀ ਬਿਮਾਰੀ ਯਿਸੂ ਦੇ ਨਾਂ ਦੇ ਵਿੱਚ ਖਤਮ ਹੋ ਜਾਏ। ਗੁਪਤ ਬਿਮਾਰੀਆਂ ਯਿਸੂ ਦੇ ਨਾਂ ਦੇ ਵਿੱਚ ਖਤਮ ਹੋ ਜਾਏ। ਲਹੂ ਵਗਣ ਦੀ ਬਿਮਾਰੀ ਯਿਸੂ ਤੇਰੇ ਨਾਂ 'ਚ ਖਤਮ ਹੋ ਜਾਏ। ਹਰ ਪ੍ਰਕਾਰ ਦੀਆਂ ਕਿਡਨੀਆਂ ਦੀ ਬਿਮਾਰੀ ਤੇਰੇ ਨਾਂ 'ਚ ਜੜ ਤੋਂ ਖਤਮ ਹੋ ਜਾਏ ਪਿਆਰੇ ਪ੍ਰਭੂ ਯਿਸੂ ਜੀ। ਤੇਰੇ ਲਈ ਕੋਈ ਕੰਮ ਕਠਨ ਨਹੀਂ ਹੈ ਪਿਆਰੇ ਪ੍ਰਭੂ। ਅੱਧਾ ਸਿਰ ਜੋ ਇਸ ਵਕਤ ਦਰਦ ਹੋ ਰਿਹਾ ਪਿਆਰੇ ਪ੍ਰਭੂ ਯਿਸੂ ਤੇਰੇ ਨਾਂ ਦੇ ਵਿੱਚ ਇਸੇ ਵਕਤ ਖਤਮ ਹੋ ਜਾਏ ਪਿਆਰੇ ਪ੍ਰਭੂ। ਬੰਦ